ਉਹ ਪੱਟਿਓ ਤੁਸੀਂ ਬਾਦਲੋ ਸਭ ਤੋਂ ਰੱਦੀ ਭਵੇਖ ਜਿੰਨਾ ਚਿਰ ਬਾਦਲ ਕਾ ਨਾਮ ਜੁੜਿਆ ਨਾ ਅਕਾਲੀ ਦਲ ਦੇ ਨਾਲ ਬੱਬਾ ਲੱਗਿਆ ਖੁਸਲਿਆਂ ਦੇ ਮੁੰਡੇ ਦੋ ਵੀ ਹੋ ਸਕਦੇ ਆ ਹੂੰ ਇਹਨਾਂ ਦੇ ਨਿਮਾ ਨਹੀਂ ਵਜਣੀਆਂ ਇਹ ਬਦ ਕਿਸਮਤੀ ਹੈ ਵੀ ਕੋਈ ਕਿਸੇ ਦੇ ਘਰੇ ਕੋੜੀ ਨਾ ਜੰਮੇ ਕੋਈ ਅਮਲੀ ਨਾ ਜੰਮੇ ਕੋਈ ਮਾਂ ਨੂੰ ਕੁੱਟਰ ਵਾਲਣ ਜੰਮੇ ਜੇ ਬਾਦਲ ਨਾ ਜਨਮ ਲੈਂਦੇ ਤੇ ਪੰਜਾਬ ਤੇ ਦਰਦਸ਼ਾ ਨਾ ਹੁੰਦਾ ਗੁਰੂ ਗੋਬਿੰਦ ਸਿੰਘ ਨੇ ਚਾਰ ਸਾਹਿਬਜ਼ਾਂ ਤੇ ਕੁਰਬਾਨ ਕੀਤੇ ਉਹ ਬਾਦਲ ਸਾਹਿਬ ਤੂੰ ਇੱਕ ਮੁੰਡੇ ਲਈ ਸਾਰਾ ਕੁਝ ਹੀ ਕੁਰਬਾਨ ਕਰਤਾ ਤੁਸੀਂ ਅੱਜ ਬਾਦਲਾਂ ਨੂੰ ਨਿੰਦ ਰਹੇ ਹੋ ਕੋਸ ਰਹੇ ਹੋ ਪਰ ਇਹੀ ਬਾਦਲਾਂ ਦੇ ਨਾਲ ਤੁਸੀਂ ਵੀ ਮਿਲੇ ਰਹੇ ਚਾਰ ਸਾਹਿਬਜ਼ਾਂ ਦੇ ਇਦਾਂ ਦੇ ਨਾਂ ਨਹੀਂ ਆਉਂਦੇ ਐਵੇਂ ਕਿਉਂ ਕਰੀ ਜਾਂਦੇ ਜੇ ਹੁਣ ਐ ਕਰ ਇਹ ਦਾ ਰਸ ਮੋਲੀਆ ਸਾਹਿਬ ਤੂੰ ਜਾ ਕੇ ਇੱਕ ਲੈ ਲਓ ਮੈਨੂੰ ਪੰਜ ਪਿਆਰਿਆਂ ਦੇ ਨਾਮ ਦੱਸ ਦੇਵੇ ਸ਼ੁਰੂ ਕਰਕੇ ਦੱਸ ਦੇ ਨਹੀਂ ਆਉਂਦਾ ਜਦੋਂ ਦੱਸ ਦੇਵੇ ਸੁਖਵੀਰ ਕਿ ਕਿਹੜੇ ਕਿਹੜੇ ਸੀ ਇਹਨਾਂ ਕਿ ਤਾਂ ਵੱਡੇ ਬਾਦਲ ਸਾਹਿਬ ਨੇ ਦੱਸਿਆ ਉਹ ਵੱਡੇ ਬੰਦੇ ਆਪ ਨੂੰ ਨਹੀਂ ਆਉਂਦਾ ਜਾਣਦੇ ਯਾਰ ਇਹਨਾਂ ਐਡਾ ਤੂੰ ਵਿਦਵਾਨ ਆਉਣਾ ਕਰ ਜੀਓ ਕਿਉਂ ਮੇਰੇ ਮੂੰਹ ਕੋ ਹੋਣਾ ਮੈਂ ਨਹੀਂ ਕਹਿਣਾ ਓ ਲੋਕੋ ਨਹੀਂ ਸੁਖਵੀਰ ਜੀ ਤੁਸੀਂ ਪੜਦੇ ਨਹੀਂ ਤੁਹਾਡੇ ਤੇ ਅਸਰ ਹੁੰਦਾ ਬਾਦਲ ਸਾਹਿਬ ਮੈਂ ਕਿਹੜੇ ਖੂਜ ਡਿੱਗਾ ਸਿੱਖਾਂ ਦੀ ਹਸਤੀ ਕਸ਼ਮੀਰ 'ਚ ਜ਼ੀਰੋ ਕੀਤੀ ਹੈ ਬਾਦਲਾਨ ਹੁਣ ਕੋਈ ਮੀਟਿੰਗ ਹੋਵੇ ਕਸ਼ਮੀਰ ਬਾਰੇ ਸਿੱਖਾਂ ਨੂੰ ਨਹੀਂ ਸਾਥ ਦੇ ਕਿਸਮਿਰ ਦੇ 80 ਹੋ ਗਏ ਤੇ ਦੂਜਾ ਪੰਜਾਬੀ ਉਰਦੂ ਤੋਂ ਬਾਅਦ ਪੰਜਾਬੀ ਤੇ ਡੋਗਰੀ ਇੱਕੋ ਜਿਹੀਆਂ ਬੋਲੀਆਂ ਸੀ ਹੁਣ ਡੋਗਰੀ ਹੈਗੀ ਆ ਪੰਜਾਬੀ ਖਤਮ ਕਰ ਤੇ ਮੈਨੂੰ ਜਾਗੋ ਪੰਜਾਬੀਓ ਆ ਚੱਕੋ ਆਪਦੀਆਂ ਵੋਟਾਂ ਫਰੇਮ ਤੇ ਜਿਹੜਾ ਕੇ ਰੱਖ ਲਓ ਤੇ ਮੈਨੂੰ ਪਾਈਂਆ ਤੁਹਾਡੀਆਂ ਵੋਟਾਂ ਤੋਂ ਬਿਨਾ ਮੈਂ ਦਿੱਲੀ ਕੇ ਮੰਤਰੀ ਬਣ ਕੇ ਨਹੀਂ ਦਿਖਾਇਆ ਪਰ ਤੁਸੀਂ ਇਹਦੀ ਪੰਜਾਬ ਦੀ ਧਰਤੀ ਨਾਲ ਜਿੱਥੇ ਤੁਸੀਂ ਜੰਮੇ ਹੋ ਉਧਰ ਰੰਗਦਾਰੀ ਕਰੀਏ ਉਹਨਾਂ ਬੰਦੇ ਮਾਸਚੋ ਲੈਂਦੇ ਹੁਣ ਤੇ ਵੋਟਾ 128 ਨਿਕਲਣ ਤੇ ਉੱਥੇ ਮੈਂ ਡਗੜਦੀ ਖੜਕ ਰ ਹਾਂ ਦਾ ਹੂੰ ਮੈਂ ਤਾਂ ਲੋਕਾਂ ਨੇ ਧੱਕੇ ਦੇ ਕੇ ਫੇਰ ਕੀਤਾ ਮੇਰੇ ਮੂੰਹ ਤੇ ਕਹਿਦਾ ਸੀ ਬੰਦਾ ਤੂੰ ਚੰਗਾ ਤੇਰਾ ਬੜਨਾ ਕੱਖ ਨਹੀਂ ਜਿੱਦੋਂ ਮੈਂ ਬਰਿਆਮ ਤੋਂ ਛੱਡਿਆ ਤੁਹਾਨੂੰ ਪਤਾ ਮੈਂ ਕਿਵੇਂ ਛੱਡਿਆ ਮੈਂ ਕਿਹਾ ਆਨਰੇਬਲ ਟੀਮਨਸਪੇ ਜਾਦੂ ਸਾਹਿਬ ਮੈਂ ਛੱਡ ਦਿਆਂ ਕਹਿੰਦਾ ਕਿਉਂ ਛੱਡਨੇ ਵਾਂਜੀ 45 ਤੁਹਾਡੇ ਦਿਨ 45 ਮੈਂ ਛੱਡ ਦਿੰਨੇ ਰਵਲ ਸਾਹਿਬ ਨਾ ਛੱਡਿਓ ਬੰਦੇ ਜੀ ਉਹ ਮੈਂ ਕੱਬੜਾ ਘਰ ਕੋ ਹੋ ਗਿਆ ਹੁੰਦਾ ਨਹੀਂ ਕਿ ਅਸੀਂ ਛੱਡ ਦੇਣਾ ਮੈਂ ਕਿਹਾ ਛੱਡ ਦਿੰਦੇ ਚੰਗਾ ਸੀਗਾ ਕਹਿੰਦੇ ਨਹੀਂ ਜੇ ਦੋ ਦੋ ਤਿੰਨ ਤਿੰਨ ਬੰਦੇ ਕਤਲ ਕਰਤੇ ਬਾਹਰ ਜਾ ਕੇ ਹੂੰ ਉਹਨੇ ਮੈਮ ਥੋੜਾ ਜਿਆਦਾ ਉਦਾਸ ਹੋ ਕੇ ਕਿਹਾ ਬਾਈ ਕੁੜ ਮੈਂ ਮੁੱਕਰਦਾਨੀ ਮੈਂ ਕਿਹਾ ਜੀ ਇੱਕ ਬੰਦਾ ਤਾਂ ਛੱਡਦੀ ਆ ਆਪਾਂ ਹੂੰ ਉਹ ਕਹਿਦੀ ਉਹ ਥੋੜੇ ਜਨੂਗਨ ਤੇ ਇੱਕ ਛੱਡਿਆ ਹੂੰ ਮੈਂ ਨਾ ਉਹ ਬੰਦਾ ਮਾਰੇ ਉਹ ਤਾਂ ਅੰਦਰ 27 ਸਾਲ ਦਾ ਬੈਠਾ ਹੈ ਗੁਰੂ ਜੀ ਮੈਂ ਸਗ ਮਿਹਰਬਾਨੀ ਦਸਵੇਂ ਪਾਗਿਆ ਉਹ ਮੈਨੂੰ ਕਹਿੰਦਾ ਮੁੱਖ ਮੰਤਰੀ ਸਾਹਿਬ ਸਿੱਖ ਤਾਂ ਨਹੀਂ ਕਿਤੇ ਕਹੀਂ ਸਿੱਖ ਤਾਂ ਨਹੀਂ ਮੈਂ ਕਿਹਾ ਹੈ ਤਾਂ ਸਿੱਖ بس ور ਸੇਖੀ ਛੱਡਣਾ ਕਰ ਲਾ ਹੋਰ ਨਹੀਂ ਛੱਡਣਾ ਜਦੋਂ ਮੈਂ ਦਸਕਤ ਕੀਤਾ ਸੀ ਮੇਰੀ ਮਾਂ ਦੀ ਫੋਟੋ ਲਾਈ ਸੀ ਉੱਥੇ ਮੇਰੇ ਕਮਰੇ 'ਚ ਮੈਂ ਕਿਹਾ ਬੇਬੇ ਮੈਂ ਦਸਕਤ ਕਰਤੇ ਬਰਿਆਮ ਤੋਂ ਛੱਡਣ ਤੇ ਹੁਣੇ ਉੱਠਦਾ ਇਸ਼ਨਾਨ ਕਰਕੇ ਦਸਵੇਂ ਪਾਸ਼ਾ ਦੇ ਪੈਰਾਂ ਤੇ ਉਹਨਾਂ ਚ ਲਿਟੀ ਜਾਈ ਜਿੰਨਾਂ ਚਿਰ ਇਹ ਨਹੀਂ ਮੰਨਦੇ ਤੇ ਇਹ ਕਹੀਂ ਮੇਰੇ ਪੁੱਤ ਨੇ ਸਾਈਨ ਕਰਤੇ ਮੇਰੇ ਪੁੱਤ ਦੀ ਇੱਜ਼ਤ ਰੱਖ ਦਿਓ ਮਾਲਕ ਤੁਸੀਂ ਹੀ ਆ ਦੇ ਹਾਮੂ ਵਰ ਜਾਂ ਛੋਟੇ ਨਹੀਂ ਤੁਹਾਡੇ ਨਾਲ ਰਾਜਨੀਤੀ ਕੀਤੀ ਉਹ ਕਹਿੰਦੇ ਆ ਵੀ ਰਾਮੂ ਵਾਲੀਆ ਸਭ ਕਿਤੇ ਨਾ ਕਿਤੇ ਡਰਦੇ ਨੇ ਨਵੀਂ ਸਰਕਾਰ ਤੋਂ ਕਹਿੰਦੇ ਮੁੱਖ ਮੰਤਰੀ ਨਾਲ ਪ੍ਰਾਣੀ ਲਿਆਜ ਤਾਂ ਨਹੀਂ ਜਾਂਦਾ ਸਸ਼ੀਕਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ ਪੰਜਾਬ ਦੀ ਸਿਆਸਤ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਪਿਛਲੇ ਦਿਨਾਂ ਦੇ ਵਿੱਚ ਆਰੰਗੀਆਂ ਪਰ ਜੇ ਅਸੀਂ ਸਾਨੂੰ 1966 ਤੋਂ ਦੇਖਦੇ ਆ ਜਾਂ ਉਸ ਤੋਂ ਵੀ ਪਹਿਲਾਂ ਵਾਲੇ ਪੰਜਾਬ ਨੂੰ ਦੇਖਦੇ ਆ ਜਾਂ ਨਵੇਂ ਪੰਜਾਬ ਦੀ ਗੱਲ ਕਰਦੇ ਆ ਬਹੁਤ ਕੁਝ ਬਦਲਿਆ ਖਾਸ ਕਰਕੇ ਜੇ ਪੁਰਾਣੇ ਲੀਡਰਾਂ ਦੀ ਗੱਲ ਕਰਦੇ ਆ ਪੁਰਾਣੇ ਲੀਡਰਾਂ ਨੂੰ ਲੈ ਕੇ ਅੱਜ ਦੀ ਜਿਹੜੀ ਜਵਾਨੀ ਆ ਉਹ ਕਿੰਤੂ ਪ੍ਰੰਤੂ ਵੀ ਕਰਦੀ ਆ ਬਹੁਤ ਸਾਰੇ ਲੋਕ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਵੀ ਪੁਰਾਣਿਆਂ ਨੇ ਉਸ ਹਸਾਬ ਦੇ ਨਾਲ ਰਾਜਨੀਤੀ ਨੂੰ ਨਹੀਂ ਸੰਭਾਲਿਆ ਜਾਂ ਪਰਿਵਾਰਵਾਦ ਨੂੰ ਅਜਿਹਾ ਹੁਲਾਰਾ ਦਿੱਤਾ ਵੀ ਉਹ ਸਾਰਾ ਕੁਝ ਲੈ ਕੇ ਇੱਕ ਪਾਸੇ ਨੂੰ ਪੰਜਾਬ ਨੂੰ ਲੈ ਗਏ ਤੇ ਹੁਣ ਪੰਜਾਬ ਜਿਹੜੀ ਸਥਿਤੀ ਦੇ ਵਿੱਚ ਪਹੁੰਚ ਗਿਆ ਉਹਦੇ ਪਿੱਛੇ ਪੁਰਾਣੇ ਲੀਡਰਾਂ ਦਾ ਵੱਡਾ ਹੱਥ ਆ ਅੱਜ ਅਸੀਂ ਜਿਸ ਸ਼ਕਸ਼ੀਅਤ ਕੋਲ ਪਹੁੰਚੇ ਆ ਉਹ ਵੀ ਇੱਕ ਪੁਰਾਣੇ ਸਿਆਸਤਦਾਨ ਨੇ ਹਰ ਕੋਈ ਉਹਨਾਂ ਦੇ ਨਾਮ ਦੇ ਨਾਲ ਵਾਕਿਫ ਆ ਉਹਨਾਂ ਤੋਂ ਪੁੱਛਾਂਗੇ ਕਿ ਵਾਕਿਆ ਦੇ ਵਿੱਚ ਜਿਹੜੇ ਪੁਰਾਣੇ ਸਿਆਸਤਦਾਨ ਨੇ ਚਾਹੇ ਉਹ ਨੇ ਚਾਹੇ ਹੋਰ ਨੇ ਕਿ ਉਹ ਰਾਜਨੀਤੀ ਦੇ ਵਿੱਚ ਜਿਹੜੇ ਫੇਰ ਬਦਲਾਇਆ ਜਾਂ ਜਿੱਥੇ ਪੰਜਾਬ ਖੜਾ ਕੀ ਉਹ ਜ਼ਿੰਮੇਵਾਰ ਨੇ ਜਾਂ ਫਿਰ ਕੌਣ ਜ਼ਿੰਮੇਵਾਰ ਆ ਸਾਡੇ ਨਾਲ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਮੌਜੂਦ ਰਹਿਣਗੇ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਸਰਦਾਰ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰਤਨ ਜੀ ਬਹੁਤ ਖੁਸ਼ੀ ਹੋਈ ਹੈ ਤੁਸੀਂ ਟਾਈਮ ਕੱਢ ਕੇ ਮੇਰੇ ਘਰ ਇੱਥੇ ਆਏ ਹੋ ਲੁਧਿਆਣਾ ਜੀ ਅ ਰਾਮੂ ਵਾਲੀਆ ਸਾਹਿਬ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਆ ਅੱਜ ਦੀ ਪੀੜ੍ਹੀ ਕਹਿੰਦੀ ਆ ਵੀ ਸਿਆਸਤਾਂ ਨੇ ਪੰਜਾਬ ਨੂੰ ਪੱਟ ਕੇ ਰੱਖ ਦਿੱਤਾਗਾ ਪੁਰਾਣੇ ਸਿਆਸਤਦਾਨਾਂ ਨੇ ਸਾਨੂੰ ਅਜਿਹੇ ਮੋੜ ਤੇ ਖੜਾ ਕਰ ਦਿੱਤਾਗਾ ਵੀ ਸਾਡੇ ਪੱਲੇ ਕੁਝ ਨਹੀਂ ਰਿਹਾ ਤੁਸੀਂ ਮੰਨਦੇ ਹੋ ਵੀ ਜਿਹੜੇ ਪੁਰਾਣੇ ਸਿਆਸਤਦਾਨ ਨੇ ਚਾਹੇ ਕੋਈ ਵੀ ਨੇ ਤੁਸੀਂ ਵੀ ਉਹਨਾਂ ਚਾਉਣੇ ਹੋ ਕੀ ਇਹ ਤੁਹਾਡੇ ਕਰਕੇ ਹੋਇਆਗਾ ਬਹੁਤ ਵਧੀਆ ਸਵਾਲ ਹੈ ਮੈਂ ਇੱਕ ਲਫ਼ਜ਼ ਵਰਤਦਿਆਂ ਜੀ ਇਹ ਤਾਂ ਕਿਤੇ ਮੈਨੂੰ ਫੇਰ મૂਲੰਕਣ ਰਿਰਕਣ ਤੇ ਛਾਨਣ ਦੀ ਗੱਲ ਆ ਇਹ ਜੀ ਇਹ ਮੇਰੇ ਨਾਲ ਫੇਰ ਕਰ ਲਿਓ ਕਿ ਤੁਸੀਂ ਰਤਨ ਜੀ ਬਹੁਤ ਬੁੱਧੀਮਾਨ ਆ ਢਾੜੀਵਾਲ ਸਾਹਿਬ ਲਾ ਮੈਂ ਤਾਂ ਇੱਕ ਚੀ ਨਵੇੜਦਿਆਂ ਜੀ ਸਾਰਾ ਬੇੜਾ ਨਵੇਂ ਰਾਜਨੀਤਿਕਾਂ ਨੇ ਬਣਾ ਬਗਰਕ ਕੀਤਾ ਹੈ ਪੁਰਾਣੇ ਰਾਜਨੀਤਿਕ ਆਪਦੀਆਂ ਜੇਬਾਂ ਭਰਦੇ ਨਹੀਂ ਸੀ ਕਿਸੇ ਦੀ ਜੇਬ ਕੱਟਦੇ ਨਹੀਂ ਸੀ ਪੰਜਾਬ ਦੀ ਨਵੇਂ ਲੀਡਰਾਂ ਨੇ ਖਾਸ ਤੌਰ ਤੇ ਬਾਦਲ ਦੇ ਪੋਜ ਜਿੱਦੋਂ ਤੋਂ ਬਾਦਲ ਨੇ ਸ਼ੁਰੂ ਕੀਤਾ ਤੇ ਉਹਦੇ ਮੁੰਡੇ ਨੇ ਉਦੋਂ ਤੋਂ ਪੰਜਾਬ ਦੀਆਂ ਜੇਬਾਂ ਰੱਜ ਕੇ ਕਟੀਆਂ ਤੇ ਆਪਦੀਆਂ ਜੇਬਾਂ ਰੱਜ ਕੇ ਭਰੀਆਂ ਆਹ ਫਰਕ ਹੈ ਪੁਰਾਣੇ ਤੇ ਨਵੇਂ ਆ ਪਰਬੋਲੀਸਾ ਬਹੁਤ ਲੋਗ ਹੈ ਕਹਿੰਦੇ ਵੀ ਸਨ 77 ਦੀ ਗੱਲ ਕਰ ਲਈਏ 78 ਦੀ ਗੱਲ ਕਰ ਲਈਏ ਤੇ ਉੱਥੋਂ ਤੱਕ ਫਿਰ 84 ਦੀ ਗੱਲ ਕਰ ਲਈਏ ਬਲੂ ਸਟਾਰ ਤੱਕ ਦੀ ਜੇਸੀ ਗੱਲ ਕਰਦੇ ਆ ਵੀ ਉੱਥੇ ਵੱਡਿਆਂ ਦਾ ਯੋਗਦਾਨ ਹੀ ਬਹੁਤ ਰਿਹਾ ਉਹ ਵੱਡਿਆਂ ਨੇ ਇੱਕ ਅਜਿਹੀ ਪਹਾੜੀ ਤੋਂ ਸਾਨੂੰ ਧੱਕਾ ਦੇਤਾ ਵੀ ਜਿੱਥੇ ਅਸੀਂ ਵਾਪਸ ਹੀ ਨਹੀਂ ਆ ਸਕਦੇ ਇੱਕ ਅਜਿਹੇ ਖੂਹ ਦੇ ਵਿੱਚ ਅਸੀਂ ਡਿੱਗ ਗਏ ਮੈਂ ਕਿਵੇਂ ਮੰਨ ਲਾਂ ਹੂੰ ਪੰਡਿਤ ਨਹਿਰੂ ਜੀ ਬਲਡੋਜ਼ਰ ਸੀ ਉਹਦੇ ਮੂਰੇ ਚਿੜੀ ਨਹੀਂ ਸੀ ਚੂਕਦੀ ਜੀ ਉਹਦੇ ਨਾਲ ਵੀ ਪੁਰਾਣੇ ਲੜਦੇ ਰਹੇ ਹੂੰ ਉਦੋਂ ਮਗਰੋਂ ਜੇ ਮੈਂ ਸ਼ਬਦ ਵਰਤਦਿਆਂ ਸ਼੍ਰੀਮਤੀ ਇੰਦਰਾ ਗਾਂਧੀ ਪਤਾ ਨਹੀਂ ਉਹਨੂੰ ਕੀ ਤੋਖਲਾ ਸੀ ਕੀ ਉਹਦੇ ਅੰਦਰ ਜ਼ੁਲਮ ਪੜਕਦਾ ਸੀ ਆਪਦੀ ਸਾਰੀ ਉਮਰ ਦਾ ਜ਼ੁਲਮ ਪੰਜਾਬ ਤੇ ਕੱਢਦਾ ਤੇ ਜਿਹੜੇ ਗਵਰਨਰ ਸਾਹਿਬ ਹੈ ਮਲਕ ਸਾਹਿਬ ਮੇਘਾਲਿਆ ਦੇ ਮੈਂ ਤੇ ਮਲਕ ਇਕੱਠੇ ਪੜੇ ਹਾਂ ਹਾਂ ਅਸੀਂ ਦੋਨੇ ਇਕੱਠੇ ਐਲ ਐਲ ਬੀ ਪੜੇ ਹਾਂ ਜਿਵੇਂ ਤੁਸੀਂ ਇੱਥੇ ਬੈਠੇ ਮੈਂ ਇੱਥੇ ਬਹਿਂਦਾ ਸੀ ਮੇਰੇ ਅਥਰ 4 ਸਾਲ ਇਕੱਠੇ ਰਹੇ ਆ ਉਹ ਮੇਰੇ ਨਾਲ ਹੁਣ ਵੀ ਗੱਲਾਂ ਕਰਦੇ ਰਹਿੰਦੇ ਆ ਉਹ ਮੈਨੂੰ ਕਹਿੰਦੇ ਪੰਜਾਬ ਤੇ ਸਿੱਖ ਇਹਨਾਂ ਨੇ ਜੋ ਕੁਝ ਕੀਤਾ ਪੰਜਾਬ ਨੂੰ ਪਿਛਲੇ 100 ਸਾਲ ਤੋਂ ਬਚਾਇਆ ਹੀ ਬਚਾਇਆ ਤੇ ਉਹ ਵੀ ਕੋਈ ਜ਼ੁਲਮ ਨਹੀਂ ਜੇ ਜ਼ਖਮ ਕਰਕੇ ਉਹਦੇ ਉੱਤੇ ਨੂਨ ਦੀ ਚੁੰਡੀ ਨਹੀਂ ਬੁੱਕ ਪਰ ਭਰ ਕੇ ਪੰਜਾਬ ਦੇ ਸਿੱਟੇ ਦਖਮਾ ਦੇ ਉਹ ਕੇਂਦਰ ਦੇ ਲੀਡਰਾਂ ਨੇ ਸਿੱਟੇ ਉਹ ਤਾਂ ਹੋਣ ਵਾਲਿਆਂ ਨੂੰ ਵੀ ਟੋਕ ਦਿੰਦਾ ਆ ਕਿਸਾਨਾਂ ਦੇ ਮੁੱਦੇ 'ਚ ਸੋ ਮੈਂ ਇਸ ਗੱਲ ਕਹਿਣਾ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਨਾ ਪੁਰਾਣੇ ਲੀਡਰ ਬਹੁਤ ਇੱਕ ਧਿਆਨਤਦਾਰੀ ਤੇ ਕਰਦਾਰ ਤੇ ਜਿਹੜੀਆਂ ਸਮਾਜਿਕ ਵੈਲਿਊਜ਼ ਐ ਉਹਨਾਂ ਦਾ ਨਿਰਵਾਣ ਕਰਦੇ ਸੀ ਹਰ ਵੇਲੇ ਪੁਰਾਣੇ ਲੀਡਰਾਂ ਚ ਹੀ ਪ੍ਰਕਾਸ਼ ਸਿੰਘ ਬਾਦਲ ਆਉਂਦੇ ਨੇ ਸੰਤ ਲੋਂਗੋਵਾਲ ਆਉਂਦੇ ਨੇ ਹੋਰ ਬਹੁਤ ਸਾਰੇ ਲੋਕ ਯਾਨੀ ਜੈਲ ਸਿੰਘ ਆਉਂਦੇ ਨੇ ਉਹਨਾਂ ਨੂੰ ਵੀ ਲੋਕ ਕਹਿੰਦੇ ਆ ਵੀ ਉਹਨਾਂ ਨੇ ਸਭ ਕੁਝ ਖਤਮ ਕਰਤਾ ਇੱਥੋਂ ਤੱਕ ਮਾਸਟਰ ਤਾਰਾ ਸਿੰਘ ਨੂੰ ਵੀ ਕਹਿੰਦੇ ਨੇ ਵੀ ਸਭ ਕੁਝ ਖਤਮ ਕਰਤਾ ਤੁਹਾਨੂੰ ਕੀ ਲੱਗ ਇੱਕ ਬਾਦਲ ਸਾਹਿਬ ਪ੍ਰਾਣੇ ਲੀਡਰਾਂ ਚ ਆਉਂਦੇ ਐ ਪਰ ਉਦੋਂ ਇਹ 8ਵੀਂ ਚ ਪੜ੍ਹਦੇ ਸੀ ਉਦੋਂ ਬੀਏ ਚ ਨਹੀਂ ਸੀ ਹੋਏ ਜਦੋਂ ਇਹ ਬੀਏ ਚ ਹੋ ਗਏ ਫਿਰ ਇਹਨਾਂ ਦੇ ਮਾਂ ਦੇ ਪੁੱਤਾਂ ਨੇ ਸੁਹਾਗਾ ਫੇਰਿਆ ਤੇ ਨਹੀਂ ਛੱਡਿਆ ਸਾਧ ਤੇ ਸੰਤ ਮੀਆਂ ਫਿਰ ਉਹ ਵੇਖ ਲਓ ਕੀ ਕੀਤਾ ਫਿਰ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਕਿਹਾ ਬਈ ਤੁਸੀਂ ਸੰਗਤ ਜਿਹੜੀ ਹੈ 21 ਵਸਵੇ ਹੈ ਗੁਰੂ 21 ਵਸਵੇ ਸੰਗਤ ਕੀ ਵਸਵੇ ਗੁਰੂ ਵੀ ਵਸਵੇ ਹੈ ਇਹਨਾਂ ਨੇ ਜਦੋਂ ਆਏ ਬਾਦਲ ਹੋਣੀ ਆਪਦੀ ਅਸਲ ਤਾਕਤ ਫਿਰ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਧੀਆਂ ਪੁੱਤ ਸਾਲੇ ਭਣੋਈਏ ਜਵਾਈ ਪੋਤੇ ਹੈ ਜੀ ਜੱਬਲ ਜੇ ਕਈ ਰਿਸ਼ਤੇ ਰਿਸ਼ਤੇਦਾਰ ਫਿਰ ਸਾਰੀਆਂ ਪਦਵੀਆਂ ਤੇ ਫਿਰ ਅੰਨੇਵਾ ਪੰਜਾਬ ਵੱਲ ਦੇਖਿਆ ਹੀ ਨਹੀਂ ਤਬਾਹੀ ਕਰਕੇ ਤੁਹਾਨੂੰ ਮੈਂ ਕਿਹਾ ਉਹਦੇ ਨਾਲ ਬਰਬਾਦੀਆਂ ਕਰਕੇ ਰੱਖ ਦਿੱਤੀਆਂ ਕੋਈ ਮੁੱਦਰ ਚੰਡੀਗੜ ਇਹਨਾਂ ਨੇ ਅਲਝਾਇਆ ਆਨੰਦਪੁਰ ਦਾ ਮਤ ਇਹਨਾਂ ਨੇ ਅਲਝਾਇਆ ਪੰਜਾਬੀ ਬੋਲੀ ਇਹਨਾਂ ਨੇ ਅਲਝਾਈ ਹੁਣ ਤੁਸੀਂ ਦੱਸੋ ਮੇਰੋਂ ਇਹ ਤਾਂ ਚਲ ਹੁਣੇ ਦੀ ਗੱਲ ਕਰ ਲਓ ਕਿ ਤਿੰਨ ਕਾਨੂੰਨ ਖੇਤੀ ਦੇ ਉਹਨਾਂ ਦਾ ਰੱਜ ਕੇ ਵਿਰੋਧ ਕੀਤਾ ਤੇ ਰੱਜ ਕੇ ਜਿਹੜੀ 370 ਧਾਰਾ ਹਟਾਈ ਹੈ ਉਹਦੀ ਹਮਾਇਤ ਕੀਤੀ 370 ਧਾਰਾ ਚ ਸਰਦਾਰ ਰਜ਼ਨ ਸਾਹਿਬ ਦੋ ਗੱਲਾਂ ਤਾਂ ਐਡੀਆਂ ਭਿਆਨਕ ਹੋਈਆਂ ਕਿ ਸਰੀਰ ਕੰਬ ਜਾਂਦਾ ਉਹ ਮੈਂ ਮੈਂ ਛਾਣਨਾ ਵਾਲਾ ਲਾਉਣਾ ਹੋਰ ਕੋਈ ਲਾਉਂਦਾ ਵੀ ਨਹੀਂ ਮੇਰੇ ਜਨਾਂ ਪਹਿਲੀ ਗੱਲ ਸਿੱਖਾਂ ਦੀ ਹਸਤੀ ਕਸ਼ਮੀਰ 'ਚ ਜ਼ੀਰੋ ਕੀਤੀ ਹੈ ਬਾਦਲਾਨੀ ਹਮ ਹੁਣ ਕੋਈ ਮੀਟਿੰਗ ਹੋਵੇ ਕਸ਼ਮੀਰ ਬਾਰੇ ਸਿੱਖਾਂ ਨੂੰ ਨਹੀਂ ਸਕਦੇ ਕਸ਼ਮੀਰ ਦੇ ਸਿੱਖ ਜ਼ੀਰੋ ਹੋ ਗਏ ਤੇ ਦੂਜਾ ਪੰਜਾਬੀ ਉਰਦੂ ਤੋਂ ਬਾਅਦ ਪੰਜਾਬੀ ਤੇ ਡੋਗਰੀ ਇੱਕੋ ਜਿਹੀਆਂ ਬੋਲੀਆਂ ਸੀ ਹੁਣ ਡੋਗਰੀ ਹੈਗੀ ਆ ਪੰਜਾਬੀ ਖਤਮ ਕਰਤੀ ਇਸ ਲਈ ਤੁਸੀਂ ਕੀ ਕਰੋਗੇ ਜਦੋਂ ਤੁਸੀਂ ਐਨਾਲਿਸਿਸ ਮੈਂ ਹੋਰ ਤਰ੍ਹਾਂ ਕਰਦਾ ਪਰ ਰਮੂ ਸਾਹਿਬ ਰਮੋੜਿਆ ਸਾਹਿਬ ਜਿਹੜਾ ਤੁਸੀਂ ਐਨਾਲਿਸਿਸ ਕਰ ਰਹੇ ਹੋ ਤੁਸੀਂ ਅੱਜ ਬਾਦਲਾਂ ਨੂੰ ਨਿੰਦ ਰਹੇ ਹੋ ਕੋਸ ਰਹੇ ਹੋ ਪਰ ਇਹੀ ਬਾਦਲਾਂ ਦੇ ਨਾਲ ਤੁਸੀਂ ਵੀ ਮਿਲ ਰਹੇ ਆ ਇੱਕ ਗੱਲ ਸੁਣ ਲਓ ਜੀ 1985 ਜਦ ਮੈਂ ਅਕਾਲੀ ਦਲ ਛੱਡਦਾ ਸੀ ਹਮ ਆ ਰਿਕਾਰਡ ਤੇ ਪੰਜਾਪੋਂ ਬਿਠੇ ਸੀ ਬਰਨਾਲਾ ਪ੍ਰਧਾਨ ਸੀ ਟੌੜਾ ਸਾਹਿਬ ਤੇ ਬਾਦਲ ਤੇ ਬਲਵੰਤ ਸੁਖਜਾਨਾ ਮੰਤਰੀ ਉਹ ਦੋ ਜਾਨੇ ਸੁਰਗਵਾਸ ਹੋ ਗਏ ਮੈਂ ਕਿਹਾ ਵੀ ਮੈਂ ਤੁਹਾਡੇ ਨਾਲ ਰਹਿਣਾ ਨਹੀਂ ਕਹਿੰਦਾ ਕਿਉਂ ਮੈਂ ਇੱਥੇ 9 ਐਮਪੀਆ ਦਾ ਲੀਡਰ ਐ ਟੌੜਾ ਸਾਹਿਬ ਨੇ ਵੋਟ ਮੈਨੂੰ ਪਾਈ ਆ ਪੁੱਛ ਲੋ ਬੈਠੇ ਮੈਂ 9 ਐਮਪੀਆ ਦਾ ਲੀਡਰ ਐ ਵੀ ਐਮਪੀ ਐ ਮੈਂ ਤਾਂ ਪੰਜਾਬ ਦੀ ਤੇ ਪੰਜਾਬ ਦੇ ਪਰੰਪਰਾਵਾਂ ਤੇ ਖਾਸ ਤੌਰ ਤੇ ਵਿਦੇਸ਼ ਦੇ ਨਾਂ ਤੇ ਲੁੱਟੇ ਜਾਂਦੇ ਲੋਕ ਟਰੈਵਲ ਏਜੰਟਾਂ ਤੋਂ ਟਰੱਕ ਟੈਕਸੀ ਕੈਂਟਰ ਟੈਂਪੂ ਇਹ ਜਿੰਨੇ ਤੁਹਾਨੂੰ ਪਤਾ ਨਹੀਂ ਇਹ ਰੀਡ ਦੀ ਹੱਡੀ ਹੈ ਜੇ ਕਿਤੇ ਟਰੱਕ ਟਰੱਕਾਂ ਵਾਲੇ ਨਾ ਹੁੰਦੇ ਟਰੱਕਾਂ ਵਾਲੇ ਪੰਜਾਬੀਆਂ ਨੂੰ ਲੈ ਕੇ ਗਏ ਕਰਾਚੀ 1905-7 ਚ ਇਹੀ ਲੈ ਕੇ ਗਏ ਬੰਬਈ ਤੇ ਰਾਮ ਗੜੀਏ ਸਿੰਘ ਉਹਨਾਂ ਨੂੰ ਮੈਂ ਮੱਥਾ ਟੇਕਦਾ ਉਹਨਾਂ ਨੇ ਦਿੱਲੀ ਤੇ ਲਾਹੌਰ ਤੇ ਕਰਾਚੀ ਦਾ ਜਦੋਂ ਬਿਲਡਿੰਗਾਂ ਬਣਾਇਆ ਅੰਗਰੇਜ਼ਾਂ ਨੇ ਉਹ ਕਹਿੰਦੇ ਵੀ ਕੰਮ ਤਾਂ ਬਹੁਤ ਚੰਗਾ ਚੱਲਦਾ ਉਹ ਫਿਰ ਇੱਥੇ ਜੱਟਾਂ ਨੂੰ ਕਹਿੰਦੇ ਸਾਰੇ ਲਾਹੌਰ ਲੂਰ ਵੀ ਪੰਜਾਬ ਚ ਵਿਸਲੇ ਦੇ ਸਾਰੇ ਜਿਹੜਾ ਇਕੱਠੇ ਸੀ ਕਹਿੰਦੇ ਇੱਥੇ ਪਿੰਡ ਸਿਰ ਖੁਰਕੀ ਜਾਂਦੇ ਇੱਥੇ ਆ ਜਾਓ ਅਗੇ ਟੈਕਸੀਆਂ ਚਲਾ ਲਓ ਪਰ ਜੱਟਾਂ ਨੇ ਆ ਕੇ ਟੈਕਸੀਆਂ ਪਾਈਆਂ ਇੱਕ ਸਮਾਂ ਆ ਗਿਆ ਸੀ ਕਿ ਕਲਕੱਤੇ ਵਿੱਚ 90% ਦੀ ਟਰਾਂਸਪੋਰਟ ਉਹ ਸਿੱਖਾਂ ਕੋਲ ਸੀ ਜਿਹੜੀ ਟਰੈਵਲਿੰਗ ਦੀ ਹੈ ਇਹਦੀ ਹੈ ਤੋਂ ਮੈਂ ਬੇਨਤ ਚੱਲ ਕਰਦਾ ਸੋ ਇਸ ਕਰਕੇ ਮੈਂ ਬੜਾ ਕਲੀਅਰ ਐ ਚਲੋ ਜੀ ਇਹ ਬਦ ਕਿਸਮਤੀ ਹੈ ਕਿ ਕੋਈ ਕਿਸੇ ਦੇ ਘਰੇ ਕੋੜ ਹੀ ਨਾ ਜੰਮੇ ਕੋਈ ਅੰਮਲੀ ਨਾ ਜੰਮੇ ਕੋਈ ਮਾਂ ਨੂੰ ਕੁੱਟਰ ਵਾਲਾ ਨਾ ਜੰਮੇ ਜੇ ਬਾਗਲ ਨਾ ਜਨਮ ਲੈਂਦੇ ਤੇ ਪੰਜਾਬ ਚ ਦੁਰਦਸ਼ਾ ਨਾ ਹੁੰਦੀ ਜਦੋਂ ਮਰਜ਼ੀ ਤੇ ਬਹਿਸ ਕਰਾ ਲਿਓ ਪਰ ਤੁਸੀਂ ਵੀ ਮੁਹਾਲੀ ਤੋਂ ਚੋਣ ਲੜੇ 2012 ਮੈਂ ਦੱਸ ਦਿਆਂ ਮੈਂ ਜਦੋਂ 1985 ਛੜਤਾ ਜੀ 90 ਚ ਫਿਰ ਮੈਂ ਸਿੱਧਾ ਅਹਿਮ ਮਨੋਰਟੀਕ ਮਿਸ਼ਨ ਚਲੇ ਗਿਆ ਮੇਰਾ ਅਸੀਂ ਪੰਜ ਹੀ ਮੁੰਡੇ ਯਾਰ ਸੀ ਮੈਂ ਲਾਲੂ ਪ੍ਰਸ਼ਾਦ ਯਾਦਵ ਤੇ ਸ਼ਰਦ ਯਾਦਵ ਤੇ ਕੇਜਰੀਵਾਲ ਤੇ ਰਾਮ ਬਲਸ ਪਾਸਵਾਨ ਅਸੀਂ ਪੰਜ ਮੁੰਡੇ ਸੀ 1970 ਚ ਜੀ ਅਸੀਂ ਮੁੰਡੇ ਦੇ ਸੀਗੇ ਸਾਡੀ ਲਿਆਸ਼ ਸੀ ਮੈਨੂੰ ਕਹਿੰਦਾ ਪਾਸਵਾਨ ਕੀ ਹਾਲ ਹੈ RAMU ਵਾਲੀਆ ਕਹਿੰਦਾ ਬੁਰਾ ਹਾਲ ਆ ਯਾਰ ਕਿਤੇ ਕੰਮ ਬਣਦਾ ਨਹੀਂ ਕਹਿੰਦਾ ਕਿਤੇ ਨਾ ਜਾਹੀਂ ਤੂੰ ਮੇਰੀਆਂ ਬੜੀਆਂ ਮਦਦਾਂ ਕੀਤੀ ਉਹਦੇ ਘਰ ਸਿੱਖਾਂ ਦੀ ਕੁੜੀ ਆ ਉਹ ਸਾਖ ਮੈਂ ਕਰਾ ਤੇ ਲੰਮਾ ਲੰਮੀਆਂ ਗੱਲਾਂ ਉਹ ਉਹ ਕਰਕੇ ਕਹਿੰਦਾ ਮੈਂ ਮਿਨੋਰਟੀ ਕਮਿਸ਼ਨ ਦਾ ਮੈਂਬਰ ਬਣਾਉਣਾ ਤੈਨੂੰ ਬਣਾਉ ਇਹ ਬਾਦਲ ਬਲਵੰਸਿਓ ਇਹ ਤਿੰਨ ਚਾਰ ਜਾਣੇ ਇੱਕ ਰਜਿੰਦਰ ਸਿੰਘ ਪਾਟੀਆਂ ਉਹਨੂੰ ਬਣਾਉਣ ਲਈ ਲੈ ਕੇ ਚਲੇ ਗਏ ਉਹਦੇ ਕੋਲੇ ਥੋੜੀ ਲੰਮੀ ਗੱਲ ਹੈ ਆਰਾਮਪラス ਪਾਸ ਕੋਲੇ ਘੜੀ ਨਹੀਂ ਸੀ ਉਹ ਹਰ ਗਿਆ ਸੀ 1985 ਚ ਤੇ ਮੈਂ ਉਹਨੂੰ ਕਿਹਾ ਮੇਰਾ ਘਰ ਲੈ ਲੈ ਦਾ ਤੂੰ ਲੈ ਲੈ ਇੱਥੇ ਦੋ ਸਰਸੋਈਆਂ ਉਹ ਕਹਿੰਦਾ ਮਕਾਨ ਹੀ ਦਵਾ ਦੇ ਚਲੋ ਮੈਂ ਸਰਦਾਰ ਤੇਜਸਵਰਦੀ ਦਾ ਮਕਾਨ ਦਵਾਤਾ ਉਹ ਦਰਦੀ ਸਾਹਿਬ ਨੂੰ 3500 ਰੁਪਏ ਪਿਆਰ ਚ ਦੇ ਦਿੰਦਾ ਸੀ ਉਦੋਂ ਬਾਅਦ ਤਾਂ ਬਾਹਲਾ ਨਹੀਂ ਸੀ ਤੇ ਰੋਟੀ ਖਾ ਦਿੰਦਾ ਜੇ ਮੈਂ ਕਹਿੰਦਾ ਦਰਦੀ ਪੈ ਜਾ ਮੇਰੇ ਕੋਲੇ ਘਰ ਉਹ ਪਾਸਮਾਨ ਉੱਤੇ ਬਹੁਤ ਅਸਰ ਸੀ ਵੀ ਮੇਰੇ 5 ਸਾਲੇ ਨੇ ਨਿਗਾਹੇ ਆ ਉਹ ਕਹਿੰਦਾ ਬਲਵੰਤ ਜਿਹਦੇ ਗਏ ਕਹਿੰਦਾ ਇਹਨੂੰ ਬਣਾ ਦਿਓ ਕਹਿੰਦਾ ਸੋਣ ਓਏ ਪਾਸਮਾਨ ਕਹਿੰਦਾ ਉਹ ਬਲਫਰ ਮਿਨਿਸਟਰ ਸੀ ਜਿਵੇਂ ਮੈਂ ਵੀ ਰਿਹਾ ਹਾਂ ਕਹਿੰਦਾ ਆ ਗੁੱਟ ਐ ਆ ਕਲਮ ਐ ਮੈਂ ਤਾਂ RAMU ਵਾਲੀ ਕੇ ਜਾਨਾ ਲਿਖੂਗਾ ਹਾਂ ਇਹ ਗੁੱਟ ਵੱਢ ਕੇ ਉਥੇ ਸਿੱਟ ਦਿਓ ਜੀ ਦਾ ਮਰਦੀ ਲਿਖ ਲਿਓ ਹੂੰ ਫਿਰ ਮੈਂ ਐ 5 ਸਾਲ ਲਈ 3 ਸਾਲ ਲਈ ਪਹਿਲਾਂ ਆਇਆ ਇਹ ਆ ਗਿਆ 93 ਫਿਰ ਆ ਗਿਆ 96 3 ਸਾਲ ਲਈ ਫਿਰ ਬਣ ਗਿਆ 12 ਮਈ 1996 ਨੂੰ ਮੈਂ 6 ਸਾਲ ਰਾਜ ਕਰਕੇ ਕੋਈ ਮੈ ਮੇਲੂ ਮੇਲੇਰੀ ਬੜੀ ਗੁਰੂ ਦੀ ਕਰਪਾਠ 10ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ 8ਵੇਂ ਪਾਤਸ਼ਾਹ ਤੇ ਮੈਂ ਰਾਜ ਕਰਦਾ ਸੀ 12 ਨੂੰ ਮੈਂ ਰਿਟਾਇਰ ਹੋ ਗਿਆ ਔਰ ਤਨ ਗੁਰੂ ਮਹਾਰਾਜ ਐਸ ਗਰੀਬੜੇ ਨੂੰ ਠੀਕ 18ਵੇਂ ਦਿਨ 1 ਜੂਨ ਨੂੰ ਹਿੰਦੁਸਤਾਨ ਦਾ ਤਿੰਨ ਮਹਿਕਮਿਆਂ ਦਾ ਕੈਬਨਿਟ ਮੰਤਰੀ ਬਣਾਤਾ ਹਾਂ ਹਾਂਜੀ ਪਰ 2012 ਵਾਲੀ ਕਹਾਣੀ ਦੱਸੋ ਉਹ 12 ਵਾਲੀ ਇਹ ਵੀ ਮੈਂ ਥੱਕ ਗਿਆ ਸੀ ਮੈਂ ਵੋਟਾਂ ਜਿੱਥੇ ਖੜਾ ਹੋਵਾਂ ਕਹਿਣ ਬੰਦਾ ਤੂੰ ਚੰਗਾ ਵੋਟ ਪਾਉਂਦੇ ਨਹੀਂ ਸੀ ਮੈਂ ਵੱਡੀ ਘਨੋਰੀ ਗਿਆ ਉੱਥੇ ਮੈਂ 14 ਮੁੰਡੇ ਛਡਾ ਕੇ ਲਿਆ ਸੀਗਾ ਬਾਹਰਲੇ ਮੁਲਕਾਂ ਤੋਂ ਉਹ ਮਾਇਆਂ ਨੇ ਮੈਨੂੰ ਗਲਵਕੜੀ ਪਾਈ ਜਿਹੜੀਆਂ ਮੈਥੋਂ 30-30 ਸਾਲ ਵੱਡੀਆਂ ਸੀ 35 ਸਾਲ ਉਹ ਇੱਕ ਮਾਂ ਨੇ ਮੈਨੂੰ ਇਹ ਗਲਵਕੜੀ ਬਾਦੀ ਪਾਈ ਤੇ ਮੈਨੂੰ ਉਹਦੇ ਉਹਦੇ ਕੱਪੜੇ ਤਾਂ ਮਾਇਆਂ ਸਿਰ ਕਮੀਜ਼ ਹੀ ਪਾਉਂਦੀਆਂ ਸੀ ਕਈ ਸਾਲ ਪਹਿਲਾਂ ਉਹ ਮੈਨੂੰ ਉਹਦੇ ਪਸੀਨੇ 'ਚ ਬੇਬੇ ਹਰ ਗਿਆ ਮੈਂ ਕਹਾ ਇਹ ਕਹਾਏ ਬੇਬੇ ਉਹ ਸਵਰਗਵਾਸ ਉਹਦੇ ਹੋ ਬੇਬੇ ਤੇ ਮੈਂ ਬੜਾ ਆਨੰਦ ਮਾਣਿਆ ਮੈਂ ਚਲ ਯਾਰ ਬੇਬੇ ਵਾਲਾ ਮੈਂ ਕਿਹਾ ਮਾਤਾ ਤੇ ਮਿਲ ਗਿਆ ਆਉਣ ਲੱਗਾ ਮੈਂ ਲੰਮਾ ਪਾ ਕੇ ਪਹਿਰੀ ਸਿਰ ਲਾਤਾ ਕਹਿੰਦੇ ਇਹ ਕੀ ਕਰਦਾ ਉਹ ਤਾਂ ਮੇਰਾ ਪੋਤਾ ਛੁਲਾ ਕੇ ਲੈ ਮੈਂ ਕੀ ਕਰਾਂ ਮਾਂ ਦਾ ਸਰੂਪ ਹੈ ਅੱਛਾ ਉਹ ਚਲ ਆਪਾਂ ਜਦਵਾਤੀ ਬੰਦੇ ਮੈਂ ਬੜੇ ਕੰਮ ਕੀਤੇ ਵੋਟਾਂ ਨਹੀਂ ਪਈਆਂ 3800 ਵੋਟ ਚ 108 ਪਈਆਂ ਫਿਰ ਮੈਂ ਦੁਐਸੀ 26 ਲੱਖ ਰੁਪਇਆ ਦਰਾਹੇ ਕੁੱਟ-ਕੁੱਟ ਕੇ ਦਿੱਲੀ ਐਜੰਟਾ ਨੂੰ ਸਫੈਦਿਆਂ 6 ਨੰਬਰ ਜਨਪਥ ਮੇਰੀ ਕੋਠੀ ਸੀ ਹੁਣ ਉੱਥੇ ਸਰਦ ਸਰਦ ਪਵਾਰ ਰਹੀ ਨੇ ਉਸ ਕੋਠੀ ਜਿਹੜੀ ਮੈਂ ਰਹਿੰਦਾ ਸੀ ਉਹ ਜਦ ਮੈਂ ਛਟਾਇਆ ਤੇ ਮੈਂ ਇੱਥੇ ਆਇਆ ਵੋਟਾਂ ਦੇ ਲੁਧਿਆਣਾ ਨੂੰ ਖੜਾ ਸੀ ਇੱਕ ਅੰਬਲੀ ਜਿਹਾ ਮੈਨੂੰ ਕਹਿੰਦਾ ਬਾਈ ਲੱਸੀਆਂ ਤੈਨੂੰ ਵੀ ਆਈ ਜਾਂਦੇ ਆ ਸ਼ਕੰਜੀਆਂ ਤੈਨੂੰ ਵੀ ਆਈ ਜਾਂਦੇ ਆ ਬੱਲੇ ਬੱਲੇ ਕਰਦੇ ਉਹ 26 ਲੱਖ ਦਵਾਤਾ ਉਹ 5 ਰੁਪਏ ਵੀ ਨਹੀਂ ਲਏ ਉਹ ਮੁਫਤ ਦਵਾਤਾ ਇਹਨੂੰ ਇਹ ਬੜਾ ਚੰਗਾ ਲੀਡਰ ਹੈ ਕਹਿੰਦਾ ਕੱਲ ਰਏ ਜੇ ਕਰਕੇ ਦੇਖ ਲੈ ਸਾਰਿਆਂ ਦੇ ਥੱਲੇ ਜਾਂ ਤੱਕੜੀਆਂ ਜਾਂ ਪੰਜਾਂ ਤੇਰਾ ਨਿਸ਼ਾਨ ਹੀ ਨਹੀਂ ਹੂੰ ਮੈਂ ਕੀ ਕਹਾਂ ਤਾਂ ਕਹਿੰਦਾ ਮਗਰੋਂ ਕਹਿੰਦਾ ਬੰਦਾ ਚੰਗਾ ਇਹਨੇ ਜਿੱਤਣਾ ਨਹੀਂ ਫਿਰ ਇਹ ਤੇ ਬੁੱਲਾਪੁਰੀ ਸੀ ਅਵਤਾਰ ਸੋਏ ਦੀ ਅਗਵਾਈ ਚ ਬਾਦਲਾਂ ਨੇ ਅੰਦਰ 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 68 ਬੰਦੇ ਮੇਰੇ ਨਾਲ ਤੋੜ ਲਏ ਮੈਂ ਕਿਹਾ ਇਹਨਾਂ ਨੇ ਭਾਜੀ ਜਾਣਾ ਤੇ ਮੈਂ ਬਾਦਲ ਦਾ ਮੈਂ ਮੈਂ ਕੈਪਟਨ ਕੋਲੇ ਗਿਆ ਉਹ ਕਹਿੰਦਾ ਕੈਪਟਨ ਯਾਰ ਕਾਲੀਆਂ ਚ ਮੈਂ ਜਾਣਾ ਨਹੀਂ ਤੇ ਮੇਰੇ ਨਾਲ ਸਮਝੌਤਾ ਕਰ ਲੈ ਪਾਰਟੀ ਨਹੀਂ ਮੈਂ ਤੋੜਨੀ ਉਹਨੇ ਬਿਆਨ ਦਿੱਤਾ ਅਮਰਿੰਦਰ ਸਵ ਨੇ ਜੀ ਉਹ ਕਹਿੰਦਾ ਇਹਦੇ ਪੱਲੇ ਕੀ ਹੈ ਮੈਂ ਕਹਾਂ ਬੇਰਾ ਬੈ ਜੀ ਮੇਰੇ ਪੱਲੇ ਕੀ ਹੈ ਮੈਂ ਫਿਰ ਬਾਦਲ ਨਾਲ ਗੱਲ ਕੀਤੀ ਕੱਲੇ ਨਾਲ ਮੇਰਾ ਪਰਾਣਾ ਲਿਆ ਸੀ ਮੈਂ ਕਿਹਾ ਮੈਂ ਥੱਕ ਗਿਆ ਕਿਹਾ ਸਾਨੂੰ ਪਤਾ ਥੱਕ ਗਿਆ ਸੀ ਐਗीडी ਦੱਸਦੀ ਹੈ ਮੈਂ ਕਿਹਾ ਫਿਰ ਐਂ ਕਰੋ ਆ ਸੱਤ ਗੱਲਾਂ ਮੰਨ ਲਓ ਮੁੰਡੇ ਛੱਡਣੇ ਟਰੈਵਲ ਏਜੰਟਾਂ ਦਾ ਭਜਨ ਨੂੰ ਪકડਣਾ ਤੇ ਟਰੱਕ ਟੈਕਸੀ ਦਾ ਇਹ ਧੰਦਾ ਬਚਾਉਣਾ ਵਿਦੇਸ਼ਾਂ ਤੋਂ ਕੁੜੀਆਂ ਲਿਆਉਣੀਆਂ ਤੇ ਆਈ ਡੈਟਸ ਪੰਜਾਬ ਦੇ 200 ਕਾਲਜਾਂ ਚ ਫ੍ਰੀ ਕਰਾਉਣੀ ਦੋ ਸੈਸ਼ਨ 6-6 ਮਹੀਨਿਆਂ ਦੇ ਤਾਂ ਕਿ ਮੁੰਡਿਆਂ ਦੇ ਪੈਸੇ ਹੀ ਨਾ ਲੱਗਣ ਮੈਂ ਫਿਕਰਮੰਦੀਆਂ ਗੱਲਾਂ ਕੀਤੀਆਂ ਤੇ ਐ ਜਿਹੜੀਆਂ ਲੜਕੀਆਂ ਨਾਲ ਧੋਖਾ ਕਰਦੇ ਆ ਉਹਨਾਂ ਨੂੰ ਪਕੜਨਾ ਲੰਮੇ ਚੌੜੇ ਮੈਂ ਸਾਰੀ ਇਹ ਗੱਲ ਕੀਤੀ ਤੇ ਕਰਕੇ ਕਹਿੰਦਾ ਜਾਂ ਮਨਜ਼ੂਰ ਹੈ ਨਾਲ ਸੁਖਵੀਰ ਨੂੰ ਭਾ ਲਿਆ ਮੈਂ ਆ ਗਿਆ ਫਿਰ ਜਦੋਂ ਨਾ ਚੱਲਿਆ ਕੰਮ ਅੱਜ ਮੈਂ ਤੁਹਾਡੇ ਟੀਵੀ ਤੇ ਕਹੀ ਦੇਣਾ ਫਿਰ ਮੈਨੂੰ ਦੇ ਕੇ ਟਿਕਟ ਹਰਾਉਣ ਦਾ ਫੈਸਲਾ ਕਰ ਲਿਆ ਯਾਨੀ ਮੈਨੂੰ ਰਲਾਉਣ ਤੋਂ ਬਾਅਦ ਮੈਨੂੰ ਖਤਮ ਕਰਨ ਤੇ ਖਤਮ ਕਰਾਉਣ ਦਾ ਫੈਸਲਾ ਸੀ ਮੈਂ 2 ਸਾਲ ਦੇਖੀ ਗਿਆ ਮੈਂ ਅੱਜ ਕਹਿ ਵੀ ਦਿਨਾ ਮੇਸ਼ਿੰਦਰ ਸਿੰਘ ਗਰੇਵਾਲ ਉੱਥੇ ਇਨਚਾਰਜ ਜਿਹਾ ਬਣ ਕੇ ਬਹਿ ਗਏ ਇਹ ਆਪਦਾ ਵੀ ਲੜਦੇ ਸੀ ਮੋਹਾਲੀ ਮੋਹਾਲੀ ਤੇ ਇਹਨਾਂ ਦਾ ਕੰਮ ਮੈਨੂੰ ਹਰਾਉਣਾ ਸੀ ਫਿਰ ਮੈਨੂੰ ਕਿਹਾ ਸੀ 2 ਕਰੋੜ ਰੁਪਇਆ ਦੇਵਾਂਗੇ ਚਾਹੁੰਦਾ ਮੇਰੇ ਕੋਲ ਤਾਂ ਪੈਸਾ ਕੋਈ ਨਹੀਂ ਜਿਹੜਾ ਇੱਕ ਇਹਨਾਂ ਦਾ ਬਾਦਲਾਂ ਦਾ ਕਾਰਮਖ्तार ਸੀਗਾ ਹੁਣ ਨਾ ਨੀ ਮੂੰਹ ਤੇ ਚੜਦਾ ਤਨ ਉਹ ਇਹਦੇ ਕੋਲ ਦਾ ਹੰਡੇ ਆਏ ਕੋਲ ਦਾ ਹੁਣ ਤਾਂ ਲੜਕੇ ਨਿਕਲ ਗਿਆ ਬਾਹਰ ਉਹ ਮੈਨੂੰ ਪੈਸੇ ਦੇਣ ਗਿਆ 25 ਲੱਖ ਰੁਪਏ ਮੈਂ ਕਿਹਾ ਲੈ ਜਾ ਕਾਕਾ ਸਾਰੇ ਮੈਨੂੰ ਹਰਾਉਣ ਲੱਗੇ ਤੇ ਉਥੇ ਜਿਹੜੀ ਸੀ ਨਾ ਕਾਲੀ ਉਹ ਵੀ ਹਰਾਉਣ ਤੇ ਫਿਰ ਜਦੋਂ ਮੈਂ ਸਾਲ ਡੇਢ ਸਾਲ ਕੱਟਿਆ ਵੀ ਚਲੋ ਕੰਮ ਕਰੀਏ ਫਿਰ ਇੱਕ ਦਿਨ ਮੈਂ ਕੋਰ ਕਮੇਟੀ ਦੀ ਮੀਟਿੰਗ 'ਚ ਮੈਂ ਕਹਿਤਾ ਉਹ ਜਿਹੜੀ ਮੇਰੇ ਨਾਲ ਸੱਤ ਗੱਲਾਂ ਕੀਤੀਆਂ ਬੰਦੇ ਛਡਾਉਣੇ ਟੈਕਸੀ ਵਾਲੇ ਬਚਾਉਣੇ ਇਹ ਸਾਰਿਆਂ ਦਾ ਕਰ ਦਿਓ ਇਹ ਬਹੁਤ ਵੱਡੀ ਗੱਲ ਹੈ ਤੇ ਉਹ ਜਿਹੜੇ ਬਾਹਰਲੇ ਜੰਗਲਾਂ ਚ ਮਰ ਗਏ ਉਹਨਾਂ ਨੂੰ ਕੰਪਨਸੇਸ਼ਨ ਦੋਣਾ ਜਿਹੜੇ ਰਫੂਜੀ ਪੱਕੇ ਹੋਏ ਆ ਉਹਨਾਂ ਦੇ ਵਿੱਚੋਂ 85000 ਹੈ ਫਿਰ ਮੈਂ ਤਾਂ 9300 ਪੱਕੇ ਕੀਤੇ ਵਜੀਰ ਬਣ ਕੇ 9300 ਮੈਂ ਕਹਿੰਦਾ ਵੀ ਤੁਸੀਂ ਉਹਨਾਂ ਨੂੰ ਛੱਡ ਕਰ ਦਿਓ ਮੈਂ ਸੱਚ ਕਹਿੰਦਾ ਸੇਵਾ ਸਿੰਘ ਸੇਖਵਾ ਜਿਉਂਦਾ ਸੀ ਇਹ ਸਾਰੇ ਜਾਣੇ ਕੋਰ ਕਮੇਟੀ ਚ ਸਰਦਾਰ ਰਤਨ ਢਾਲੀਵਾਲ ਸਾਹਿਬ ਇਹ ਮੇਰੇ ਗੱਲ ਪੈ ਗਿਆ ਕਹਿੰਦੇ ਹੋਰ ਕੁਝ ਆਉਂਦਾ ਵੀ ਹੈ ਤਾਂ ਮੈਨੂੰ ਤਾਂ ਆਉਂਦਾ ਤੁਹਾਨੂੰ ਡੱਕਾ ਨਹੀਂ ਆਉਂਦਾ ਹੂੰ ਤੁਹਾਨੂੰ ਪੈਸੇ ਬਣਾਉਣੇ ਆਉਂਦੇ ਨੇ ਕੌਣ ਗੱਲ ਪਿਆ ਥੋੜੇ ਸਾਰੇ ਇਹ ਸੇਵਾ ਤੋਂ ਸੇਖਵਾ ਵਿੱਚ ਸੁਖਬੀਰ ਵੀ ਕਹਿੰਦਾ ਰਹਿਣ ਦਿੰਦੇ ਰਾਮੂ ਵਾਲਾ ਸਾਹਿਬ ਮੈਂ ਕਿਹਾ ਤਸ਼ਾਹ ਹੈ ਮੈਂ ਕਿਹਾ ਤਾਂ ਸ਼ਹਿ ਦੇ ਰਿਹਾ ਚਲੋ ਜੀ ਮੈਂ ਫਿਰ ਰਾਤ ਨੂੰ ਘਰੇ ਆ ਕੇ ਥੋੜਾ ਜਿਹਾ ਰੋਇਆ ਤੇ ਫਿਰ ਮੈਂ ਕਿਸੇ ਨੂੰ ਦੱਸਿਆ ਮੈਂ ਪਜੋਖੜਾ ਸਾਹਿਬ ਜਾਣਾ ਹੁੰਦਾ ਮੱਥਾ ਟੇਕਣ ਬਹੁਤ ਜਾਣਾ ਹੈ ਬਹੁਤ ਸ਼ਰਧਾ ਹੈ ਮੇਰੀ ਉਹਨਾਂ ਦੀ ਬੜੀ ਕਿਰਪਾ ਮੇਰੇ ਗੁਰ ਅੱਠਵਾਂ ਜੀ ਮੈਂ ਉੱਥੇ ਜਾ ਕੇ ਰੋ ਪਿਆ ਮੈਨੂੰ ਐ ਲੱਗਿਆ ਮੈਂ ਸ਼ਰਦਾਲੂ ਸਿੱਖ ਹਾਂ ਮੈਨੂੰ ਐ ਲੱਗਿਆ ਕਿ ਇਹਦੇ ਰੋਹੀ ਕਿਉਂ ਜਾਣਾ ਹੈ ਪੂਰਬ ਦੇਸ਼ ਨੂੰ ਚੜ ਜਾ ਮੈਂ ਘਰੇ ਆਇਆ ਤੇ ਮੈਂ ਕਿਹਾ ਵੀ ਸਰਦਾਰਨੀ ਹੈ ਸਭ ਬੱਚੇ ਤਾਂ ਸਭ ਕੈਨੇਡਾ ਮੈਂ ਤਾਂ ਸਰਦਾਰਨੀ ਸੀ ਮੈਂ ਸਰਦਾਰਨੀ ਹੈ ਮੈਂ ਸਵੇਰੇ 3 ਵਜੇ ਤੁਰ ਜਾਣਾ ਤੇ ਆਪਦਾ 2 ਵਜੇ ਉੱਠ ਕੇ ਚਾਹ ਚੁ ਪਿਆ ਦੀ ਮੈਂ ਇਸ਼ਨਾਨ ਕਰਨਾ ਕਹਿੰਦੀ ਠੀਕ ਹੈ ਜਾਣਾ ਕਿੱਥੇ ਮੈਂ ਮੈਨੂੰ ਪੁੱਛੀ ਮੈਨੂੰ ਪੁੱਛੀ ਮੈਨੂੰ ਦੱਸਣਾ ਮੈਂ ਉਹਨੂੰ ਵੀ ਦੱਸੇ ਮੈਂ ਚੁੱਪ ਕਰਕੇ ਨਿਕਲ ਗਿਆ ਮੈਂ ਜਾ ਕੇ ਕਰਨਾਲ ਕੋਲੇ ਕਿੱਥੇ ਜਾਵੀਏ ਤੋਂ ਸਾਰਨ ਪਰ ਉੜਦੀਏ ਉਥੋਂ ਲਗਨ ਉੜ ਜਾਗੇ ਮੈਂ ਗਿਆ ਬਸ ਜਾ ਕੇ ਰਾਤ ਮਸਕੀਮਾ ਬਣਾਉਂਦਾ ਗਿਆ ਵੀ ਖੇੜਾ ਛੱਡিয়ে ਤੇ ਮੈਂ ਮਲਾਇਮ ਸਿੰਘ ਨਾਲ ਗੱਲ ਕੀਤੀ ਬਖ ਯਾਰ ਬੇਇਜ਼ਤੀ ਬਾੜੀ ਕਰਦੇ ਆ ਬਾਦਨ ਉਹ ਤਾਂ ਹਾਂ ਇੱਕ ਮੈਂ ਸੌਂਖਾ ਕੇ ਨਾ ਗੁਰੂ ਅਠਵੇਂ ਪਾਤਸ਼ਾਹੀ ਅਜਨਾਲੇ ਹਾਈਲੀ ਪੈਡ ਤੇ ਜਿੱਤਣ ਤੋਂ ਬਾਅਦ ਮੈਨੂੰ ਬਾਦਲ ਨੇ ਕਿਹਾ ਸੀ ਰਾਮੂ ਵਾਲਿਆ ਸਾਹਿਬ ਥੋੜੇ ਕਰਕੇ 16 ਸੀਟਾ ਜਿੱਤੇ ਐ ਉਹ ਛਾਲੀਆਂ ਤੇ ਹੀ ਰਹਿ ਗਿਆ ਤੇ ਅਸੀਂ ਬਾਟਾਂ ਤੇ ਆ ਗਏ ਹਮਮ ਕੈਪਟਨ ਤੇ ਮੈਂ ਤੁਹਾਡਾ ਧੰਵਾਦੀ ਮਖੀ ਜੀ ਚਲ ਕੋਈ ਨਹੀਂ ਕਿੰਨਾ ਅੱਜ ਮੈਂ ਤੁਹਾਡਾ ਤੇਲ ਗੱਡੀ ਦਾ 500 ਲੀਟਰ ਕਰਤਾ ਮਖੀ ਜੀ ਮੈਂ ਕੀ ਲੈਣਾ ਹਮਮ ਮੈਨੂੰ ਤਾਂ ਐਮਪੀ ਦੀਆਂ ਪੈਨਸ਼ਨਾਂ ਆਉਂਦੀਆਂ ਮੈਂ ਤਾਂ ਉਹਦੇ ਨਾਲ ਡੰਗ ਲਾ ਲੈਣਾ ਹੋਰ ਮੇਰੀ ਕੋਈ ਖਾਸ਼ ਨਹੀਂ ਕਿਤੇ ਨਹੀਂ ਨਹੀਂ ਉਹ ਕਰਤਾ ਮੈਂ ਤੋਂ ਮੇਰਾ ਮਤਲਬ ਲੇਕਿਨ ਇਹ ਵੀ ਮੰਨੀ ਜਾਂਦੇ ਵੀ ਤੇਰੇ ਕਰਕੇ 16 ਸੀਟਾਂ ਜਿੱਤੀਆਂ ਤੇ ਨਾਲੇ ਅਮਰਿੰਦਰ ਨੂੰ ਮੈਂ ਕਿਹਾ ਸੀ ਤੁਸੀਂ ਲਾਉਣੀ ਨਹੀਂ ਟੀਵੀ ਇਹ ਨਹੀਂ ਮੈਂ ਕਹਿੰਦੀ ਉਹ ਕਿੱਲਾ ਉੱਥੋਂ ਤਰਨ ਤਰਨ ਦੀ ਅਮਰੀਕ ਸੋਂ ਵਰਪਾਲ ਹੈ ਲੀਡਰ ਬਹੁਤ ਵੱਡਾ ਉਹਨੂੰ ਸੀਟ ਦੇ ਦੇ ਉਹ ਨਹੀਂ ਦਿੱਤੀ ਤੇ ਆਪ ਉਹ ਬਾਹਰ ਬਹਿ ਗਿਆ ਸਾਨੂੰ ਇਹਨਾਂ ਦੇ ਵਸ ਪਾ ਗਿਆ ਇਸ ਤਰ੍ਹਾਂ ਕਹਾਣੀ ਬਣੀ ਹੈ ਚਲੋ ਮੈਂ ਕੋਈ ਬਾਦਲ ਦੇ ਨਾਲ ਖੁਸ਼ੀ ਨਾਲ ਨਹੀਂ ਸੀ ਗਿਆ ਤੇ ਫਿਰ ਭੱਜ ਵੀ ਗਿਆ ਨਾ ਮੈਂ 12 ਤੋਂ ਆਇਆ ਤੇ 14 ਚ ਭੱਜ ਗਿਆ ਤੇ ਨਾਲੇ بڑے ਲੋਕ ਇਹ ਵੀ ਕਹਿੰਦੇ ਵੀ ਜਿਹੜੇ ਸਿਆਸਤਦਾਨ ਨੇ ਖਾਸ ਕਰਕੇ ਅ ਜਦੋਂ ਉਮਰ ਹੋ ਜਾਂਦੀ ਆ ਜਾਂ ਜਦੋਂ ਰਿਟਾਇਰਮੈਂਟ ਦਾ ਵੇੜਾ ਹੁੰਦਾ ਰਿਟਾਇਰਮੈਂਟ ਨਹੀਂ ਕਹਿੰਦੇ ਸੱਤਾ ਹਮੇਸ਼ਾ ਕੋੜੇ ਰੱਖਣੀ ਚਾਹੁੰਦੇ ਆ ਵੀ ਤੁਹਾਡੇ ਤੁਹਾਡਾ ਵੀ ਇਹੀ ਬਣਿਆ ਹੋਇਆ ਵੀ ਪਾਵਰ ਹਮੇਸ਼ਾ ਆਪਣੇ ਕੋਲ ਮੈਨੂੰ ਪਾਵਰ ਮੇਰੀ ਮੇਰੀ ਤਾਂ ਉਹਨੂੰ ਸਿਹਤ ਲੱਗਦੀ ਹੈ ਮੈਂ ਬਾਹਰ ਡਿੱਗਣ ਵਾਲਾ ਮੈਂ ਤਾਂ ਘੋੜਿਆਂ ਨੂੰ ਤੁਰਦਾ ਆ ਆ ਪੈਨ ਖਰਚਾ ਕੇ ਮੈਂ ਕਹਿੰਦਾ ਜੀ ਗੁਰੂ 8ਵੇਂ ਪਾਤਸ਼ਾਹ ਦੀ ਕਸਮ ਮੈਂ ਇੱਕ ਦਿਨ ਲਈ ਕਦੇ ਕਾਂਗਰਸੀ ਨਹੀਂ ਬਣਿਆ ਮੈਨੂੰ ਤਾਂ ਹਸਾਬ ਆਉਂਦਾ ਮੈਂ ਤਾਂ ਹੁਣ ਜੇ ਮੇਰੇ ਚਿੱਤ ਕੇਰੇ ਵੱਟ ਕੱਢ ਦੂ ਮੈਂ ਤਾਂ ਕੱਢਣੀ ਨਹੀਂ ਉਹ ਤਾਂ ਨਵਾਂ ਫੈਸਲਾ ਕਰਤਾ ਨਾ ਮੈਂ ਤਾਂ ਐ ਜਾ ਬਣੂ ਜਦੋਂ ਬਣਨਾ ਹੋਇਆ ਲੇਕਿਨ ਕਾਂਗਰਸ ਮੈਂ ਨਹੀਂ ਗਿਆ ਇੱਕ ਦਿਨ ਨਹੀਂ ਗਿਆ ਕੱਢ ਕੇ ਦਿਖਾ ਦਿਓ ਪੈਰੀ ਹੱਥ ਲਾ ਦੂੰ ਇੱਕ ਦਿਨ ਕਮੂਨਿਸਟ ਵੀ ਬਣਿਆ ਸੀ ਪੀ.ਐਮ ਇੱਕ ਦਿਨ ਸੀ.ਪੀ.ਆਈ ਨਹੀਂ ਬਣਿਆ ਇੱਕ ਦਿਨ ਬੀ.ਜੇ.ਪੀ ਦੀ ਨਹੀਂ ਗਿਆ ਮਲੈਮ ਸਿੰਘ ਦੇ ਨਾਲ ਸਟੈਂਡਿੰਗ ਮੈਂਬਰ ਬਣਿਆ ਸਿਰਫ ਉਦੋਂ ਬਿਨਾ ਮੈਂ ਪਰ ਤੁਹਾਡੇ ਪਰਿਵਾਰਕ ਮੈਂਬਰ ਹੁਣ ਬੀ.ਜੇ.ਪੀ ਚਲੇ ਗਏ ਤੁਹਾਡੀ ਬੇਟੀ ਗਏ ਨਹੀਂ ਉਹ ਤਾਂ ਜਦੋਂ ਵਿਆਹੀ ਹੈ ਉਹਦੀ ਉਹ 36 ਸਾਲ ਵਿਆਹੀ ਨੂੰ ਹੋ ਗਏ ਤੇ 859 ਸਾਲ ਦੀ ਹੈ ਮੈਂ ਕੀ ਕਰ ਸਕਦਾ ਤੋ ਕੁੜੀ ਐ ਮੁੰਡਾ ਜੁਆਈ ਐ ਪੁੱਤੇ ਦੋਤੇ ਦੋਤੀਆਂ ਮਾਈ ਕਰ ਸਕਦਾ ਜੀ ਉਹ ਅੱਡ ਰਹਿੰਦੇ ਆ ਹਾਂ ਮੈਂ ਉਹਦੇ ਘਰੇ ਹੀ ਨਹੀਂ ਗਿਆ ਉਦਣ ਦਾ ਪਰ ਤੁਹਾਨੂੰ ਲੱਗਦਾ ਬਾਈ ਅਕਾਲੀ ਦਲ ਨੂੰ ਇਹ ਦੇਖਣਾਗਾ ਖਾਸ ਕਰਕੇ ਜਿਹੜੇ ਅਕਾਲੀ ਦਲ ਦੀ ਗੱਲ ਹੁੰਦੀ ਆ 100 ਸਾਲ ਪੁਰਾਣੀ ਪਾਰਟੀ ਤੁਸੀਂ ਕਿਹੇ ਜੱਪ ਉਹ ਇੱਕ ਦੇਖਦੇ ਮੈਂ ਤਾਂ ਆਪਣੀ ਗੱਲ ਮਕਾਦਿਆਂ ਵੀ ਮੈਂ ਫਿਰ ਇਸ ਤਰ੍ਹਾਂ ਕਰਕੇ ਜਿਹਨੇ ਕਰਨਾ ਕਰੀ ਦੇਵੇ ਉਹਦਾ ਜਕਾਰੇ ਫੋਸੋਕੇ ਸੁੱਕੇ ਛੱਡੀ ਜਾਂਦੇ ਮੈਂ ਪਾਰਟੀ ਨਹੀਂ ਬਦਲੀ ਮੈਂ ਹੁਣ ਹੁਣ ਵੀ ਤੇਰੇ ਸਾਹਮਣੇ ਤੁਹਾਡੇ ਸਾਹਮਣੇ ਬੈਠਾ ਮੈਂ ਕੋ ਇਕੱਲਾ ਹੀ ਬੈਠਾ ਇਕੱਲਾ ਅੱਜ ਦਾ ਪ੍ਰੋਗਰਾਮ ਬਣਾਇਆ ਹੋਇਆ ਤੁਹਾਨੂੰ ਦੱਸਣ ਨੂੰ ਅੱਜ ਤਾਂ ਟਾਈਮ ਨਹੀਂ ਆ ਦੇਖਿਓ ਇੰਨੇ ਪ੍ਰੋਗਰਾਮ ਹੈ ਮੈਂ ਤਾਂ ਧੁੱਕੀ ਕੱਢ ਦੇਣੀ ਮੈਂ ਲੋਕਾਂ ਦੇ ਮਸਲੇ ਲਈ ਲੜਾਂਗਾ ਨਾ ਮੈਂ ਪੈਸੇ ਖਾਣਾ ਹੈ ਨਾ ਮੈਂ ਜਾਇਦਾਦ ਬਣਾਉਣਾ ਹੈ ਜਦੋਂ ਮੈਂ ਵੈਲਫੇਅਰ ਮਿਨਿਸਟਰ ਸੀ ਉਹ ਸਵਾਲ ਯਾਦ ਰੱਖਿਓ ਜਦੋਂ ਮੈਂ ਵੈਲਫੇਅਰ ਮਿਨਿਸਟਰ ਸੀ ਮੇਰੇ ਕੋਲੇ ਘਟੋ ਘਟ ਲੱਖਾਂ ਏਕੜ ਜ਼ਮੀਨ ਸੀ ਵਕਫ ਬੋਰਡ ਦੀ ਤੇ ਮੈਂ ਜਦੋਂ ਮਰਜ਼ੀ ਕਿਸੇ ਦੋ ਮੁਸਲਮਾਨ ਦੇ ਨਾਂ ਪੰਜਾ ਪੰਜ ਕਿੱਲੇ ਕੱਟ ਦਿੰਦਾ ਤੇ ਮੈਂ ਆਪਦੇ ਬੁਜਾ ਕਰਦਾ ਬਲਕਿ ਮੁਸਲਮਾਨ ਨਜੂਮ ਲਾਉਣ ਲੱਗੇ ਸੀ ਹਰਿਆਣ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਤੇ ਮੈਂ ਸਾਰੇ ਮੌਲਵੀ ਮਸੀਤਾਂ 'ਚ ਮੈਂ ਬਦਲ ਕੇ ਉੱਥੇ ਲਾਤੇ ਤਾਮਿਲਨਾਡੂ ਤੇ ਕਰਨਾਟਕਾ ਹਾਂ ਕਹਿੰਦੇ ਜੀ ਬਾਦਲ ਕਰਦੇ ਉਹਨੂੰ ਬਦਲ ਦਿਓ ਆ ਸਾਡੇ ਕੋਲੋਂ ਲੈ ਲਓ ਜ਼ਮੀਨਾਂ ਮੈਂ ਭਾਜੋ ਇੱਥੋਂ ਪਰ ਮੌਲਵੀ ਸਾਹਿਬ ਜਿਹੜਾ ਸਵਾਲ ਸੀ ਆਪਣਾ ਵੀ ਅਕਾਲੀ ਦਲ ਦਾ ਭਵਿੱਖ ਕਿਵੇਂ ਦੇਖਦੇ ਹੋ ਸਭ ਤੋਂ ਰੱਦੀ ਭਵਿੱਖ ਜਿੰਨਾ ਚਿਰ ਬਾਦਲ ਕਾ ਨਾਮ ਜੁੜਿਆ ਨਾ ਅਕਾਲੀ ਦਲ ਦੇ ਨਾਲ ਬੱਬਾ ਲੱਗਿਆ ਖੁਸਰਿਆਂ ਦੇ ਮੁੰਡੇ ਦੋ ਵੀ ਹੋ ਸਕਦੇ ਆ ਹੂੰ ਇਹਨਾਂ ਦੇ ਨਿਮਾ ਨਹੀਂ ਭਜਣੀਆਂ ਇਹਨਾਂ ਦੇ ਨਿਮਾ ਨਹੀਂ ਭਜਣੀਆਂ ਕੋਈ ਪਾਲਿਸੀ ਨਹੀਂ ਕਦੇ ਬੱਸਾਂ ਪਾਉਂਦਾ ਹੁੰਦਾ ਕੋਈ ਗੁਰੂ ਗੋਬਿੰਦ ਸਿੰਘ ਨੇ ਚਾਰ ਸਾਹਿਬਜ਼ਾਦੇ ਕੁਰਬਾਨ ਕੀਤੇ ਉਹ ਬਾਦਲ ਸਾਹਿਬ ਤੂੰ ਇੱਕ ਮੁੰਡੇ ਲਈ ਸਾਰਾ ਕੁਝ ਕੁਰਬਾਨ ਕਰਦਾ ਗੁਰੂ ਗੋਬਿੰਦ ਸਿੰਘ ਦੀ ਫਿਲਾਸਫੀ ਕਮਾਨ ਕਰ ਕੁਰਬਾਨ ਕਰਦੀ ਗੁਰੂ ਗੋਬਿੰਦ ਸਿੰਘ ਦੀ ਧਰੂ ਤਾਰੇ ਜਿੰਨੀ ਉੱਚੀ ਤੂੰ ਇੱਜ਼ਤ ਸੱਚੇ ਸੌਦੇ ਵਾਲਾਂ ਤੋਂ ਲੁਹਾਦੀ ਹੂੰ ਤਿੰਨ ਤੇ ਤਿੰਨ ਨਹੀਂ ਮੈਂ ਉਹ ਉਹ ਜੇਲਾ ਕੱਟੂਗਾ ਮੈਂ ਜੇਲਾ ਦਾ ਮੰਤਰੀ ਨੇ ਜਿਹੜੀਆਂ ਬਾਬੇ ਨੂੰ ਜੇਲਾ ਹੋਇਆ ਨਾ ਉਸ ਨੂੰ ਜੀ ਉਹ ਤੇ ਲਿਖਿਆ ਆ ਜੀਵਨ ਕਾਰਾਵਾਸ 20 ਸਾਲ ਤਾਂ ਕਹਿੰਦੇ ਹੁੰਦੇ ਹੁੰਦਾ ਆ ਜੀਵਨ ਹੈ ਜੀ ਉਹਦਾ ਮਤਲਬ ਮੈਂ ਮਨਿਸਟਰ ਸੀ ਤੇ ਉਹਦੇ ਲਿਖਿਆ ਹੁੰਦਾ ਅੰਤਮ ਸਵਾਸ ਤੱਕ ਜੀ ਜਦੋਂ ਬੰਦਾ ਜੇਲ੍ਹ ਚ ਮਰ ਜਾਂਦਾ ਫਿਰ ਟੈਸਟ ਹੁੰਦਾ ਜਦੋਂ ਕਹਿੰਦੇ ਜੀ ਡਾਕਟਰ ਕਹਿੰਦੇ ਸਮਾਪਤ ਹੋ ਚੁੱਕਿਆ ਫਿਰ ਕਹਿੰਦੇ ਲੈ ਜਾਓ ਹਮ ਮੈਂ ਤਾਂ ਜਦੋਂ ਮੇਰੇ ਕੋਲੋਂ ਗੁਰੂ ਨੇ ਕੰਮ ਕਰਾਏ ਆ ਮਾਲਕ ਹੈ ਗੁਰੂ ਮੈਂ ਗੁਰੂ ਦਾ ਧੰਨਵਾਦੀ ਆ ਇਸ ਲਈ ਮੈਨੂੰ ਕੋਈ ਫਰਕ ਨਹੀਂ ਹਮ ਮੈਂ ਤੁਸੀਂ ਜਿਹੜਾ ਸਵਾਲ ਕੀਤਾ ਬਾਦਲਾਂ ਨਾਲ ਕੋਈ ਦੇ ਹੁੰਦੇ ਆ ਅਕਾਲੀ ਦਲ ਦਾ ਨਾਂ ਨਹੀਂ ਰਹਿ ਸਕਦਾ ਮੈਥੋਂ ਘੋਣਿਆ ਗੱਲ 32 ਲੱਖ ਮਰਲੇ ਪੈੜੀ ਹੈ ਕਿਸ ਦੇ ਕੋਲ ਸ਼ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਕੋਲ ਉਹ ਪੱਕ ਤੋ ਤੁਸੀਂ ਬਾਦ ਲਓ 32 ਲੱਖ ਕਿੱਲੇ 32 ਲੱਖ ਮਰਲੇ ਹੂੰ ਤੇ ਇੱਕ ਪਿੰਡ ਹੈ ਹੇਰਾਂ ਹੂੰ ਬਸੀਆਂ ਕੋਲੇ ਰਾਏਕੋਟ ਕੋਲੇ ਜੀ ਕਮਾਲਪੁਰੇ ਕੋਲੇ ਉਸ ਇੱਕੋ ਪਿੰਡ ਤੇ 900 ਕਿੱਲਾ ਪੈਲੀ ਆ ਸ਼ਰੋਮਣੀ ਕਮੇਟੀ ਕੋਲ 900 ਕਿੱਲਾ 8 ਕਿਨਾਲਾ ਨੂੰ ਵੀਹਾਂ ਨਜ਼ਰ ਦੇ ਲੋ 900 ਕਿੱਲੇ ਨੂੰ 7200 ਕੇ ਨਾਲ 7200 ਨੂੰ 20 ਹਜ਼ਾਰ ਦੇ ਲੋ ਇੰਨੇ ਮਰਲੇ ਤਾਂ ਇੱਥੇ ਹੀ ਹੈ ਪਰ ਇੱਕ ਮੈਂ ਉੱਥੇ ਬਿਹਾਰ ਵਿੱਚ ਯੂਨੀਵਰਸਿਟੀ ਦਾ ਚਾਂਸ ਚਾਂਸ ਲਰ ਹੈ ਉਹਦੇ ਮੇਰੇ ਨਾਲ ਇੱਕ ਅਕੈਡਮੀ ਆ 50 60 ਕਿਲੋਮੀਟਰ ਤੇ ਉਹਨਾਂ ਕੋਲੇ ਸਿਰਫ 70 ਮਰਲੇ ਜ਼ਮੀਨ ਹੈ 70 ਮਰਲੇ ਵਾਲੇ ਅਕੈਡਮੀ ਖੋਲ ਕੇ ਇੰਨੀ ਟ੍ਰੇਨਿੰਗ ਦਿੰਦੇ ਆ 45 ਆਈਐਸ ਆਈਪੀਐਸ ਆਈਐਫਐਸ ਆਈਈਐਸ ਉਹ ਬਣਾਉਂਦੇ ਆ ਤੇ ਇਹਨਾਂ ਕੋਲੇ 32 ਲੱਖ ਵਰਲੇ ਪੈਣੀ ਸ਼ਰਮ ਦੀ ਮੋੜੇ ਇੱਕ ਬੰਦਾ ਆਈ ਇਸਲੀ ਬਣਦਾ ਇੱਕ ਆਈ ਪੀਐਸ ਨਹੀਂ ਬਣਦਾ ਖੂਜ ਡਿੱਗੀ ਹੈ ਕੀ ਕਰੀਏ ਤੇ ਲੋਕ ਸੁਣਦੇ ਨਹੀਂ ਇਹਨਾਂ ਨੂੰ ਕਹਿੰਦੇ ਉਹ ਤੇਰੀ ਸੋਚ ਤੇ ਪਹਿਲਾਂ ਦੇਵਾਂਗੇ ਠੋਕ ਤੇ ਦੇਈ ਚੱਲਾ ਪਹਿਰੇ ਦੇ ਦੇ ਤੇ ਮੈਂ ਭੁੱਖੇ ਮਰਨਾ ਠੂਠੇ ਫੜ ਕੇ ਤੁਰੇ ਫਿਰੋ ਇਸ ਲਈ ਮੇਰਾ ਬੁਨਿਆਦੀ ਗੱਲ ਇਹ ਹੈ ਕਿ ਮੈਂ ਫਿਕਰਮੰਦੀ ਮੈਂ ਦੇਖੋ ਨਸਲਾਂ ਅਕਲਾਂ ਸ਼ਕਲਾਂ ਤੇ ਫਸਲਾਂ ਪੰਜਾਬੀਆਂ ਦੀ ਇਹਨਾਂ ਦਾ ਫਿਕਰ ਕੀਤਾ ਜੀ ਤੇ ਇੱਕ ਮੈਂ ਕੀਤਾ ਕਿ ਫਿਕਰ ਫਰਜ਼ ਇਹ ਦੋ ਚੀਜ਼ਾਂ ਤੇ ਮੈਂ ਜ਼ੋਰ ਦਿੰਦਾ ਰਾਜਨੀਤੀ ਤੇ ਗਰਜ਼ ਪਾਸੇ ਰੱਖੀ ਆ ਆ ਬੈਠੇ ਖਾਲੀ ਹੱਥ ਮੈਨੂੰ ਕੋਈ ਨਹੀਂ ਕੰਮ ਕਰਦਾ ਖਾਸ ਕਰਕੇ ਜਿਹੜੀ ਸੰਗਰੂਰ ਚੋਣ ਹੋਈ ਹੈ ਜਿਮਨੀ ਚੋਣ ਲੋਕ ਸਭਾ ਚੋਣ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਜਿੱਤੇ ਨੇ ਅਕਾਲੀ ਦਲ ਅੰਮ੍ਰਿਤਸਰ ਨੂੰ ਕਿਵੇਂ ਦੇਖਦੇ ਹੋ ਖਾਸ ਕਰਕੇ ਸਿਮਰਨਜੀਤ ਸਿੰਘ ਦੇਖੋ ਜੀ ਮੈਂ ਸੱਚ ਦੱਸਦਾ ਮੈਨੂੰ ਈਮਾਨ ਸਿੰਘ ਸਾਹਿਬ ਦਾ ਵੀ ਫੋਨ ਆਇਆ ਵੀ ਸ਼ਾਬਾਸ਼ ਮੈਂ ਜਿਹੜਾ ਮੈਨੂੰ ਮਿਲਦਾ ਰਿਹਾ ਪ੍ਰਾਈਵੇਟ ਮੈਂ ਕਹਿੰਦਾ ਨੇ ਵੀ ਵੋਟਰ ਨੂੰ ਪਾ ਦਿਓ ਹੂੰ ਕੰਪੇਨ ਮੈਂ ਕਿਸੇ ਲਈ ਨਹੀਂ ਕੀਤੀ ਤੇ ਫਿਰ ਮੈਨੂੰ ਇੱਕਦਮ ਸਰਦਾਰ ਸਿਮਰ ਸਿੰਘ ਮਾਨ ਦਾ ਆਪਦਾ ਫੋਨ ਆਇਆ ਮੈਂ ਗੱਡੀ ਤੇ ਜਾ ਰਹੀ ਸੀ ਮਗਰ ਰੋਕ ਲਿਆ ਯਾਰ ਸਰਦਾਰ ਉਹਨਾਂ ਦਾ ਫੋਨ ਹੈ ਇੰਨਾ ਮਿੱਠਾ ਇੰਨਾ ਪਿਆਰ ਤੇ ਇੰਨੀਆਂ ਚੰਗੀਆਂ ਗੱਲਾਂ ਕਹਿਆਂ ਮੈਂ ਕਿਹਾ ਸਰਦਾਰ ਜੀ ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਨੇ ਬਚਾ ਤਾ ਕਹਿੰਦੇ ਕਿਉਂ ਜਿਹੜੀ ਮੈਂ ਸੰਗਰੂਰ ਦੀ ਚੌਂਣ 'ਚ ਘਰੇ ਬੈਠਾ ਰਿਆ ਕਹਿੰਦੇ ਕਿਉਂ ਮੈਂ ਕਿਹਾ ਮੇਰੇ ਕੋਲ ਬਹੁਤ ਆਏ ਸੀ ਵੀ ਸਾਡੇ ਨਾਲ ਆ ਕੇ ਤੁਹਾਡੇ ਖਿਲਾਫ ਮੈਂ ਕਹ ਦਸਵੇਂ ਪਾਸ਼ਾ ਕਿਤੇ ਗਲਤੀ ਨਾ ਹੋ ਜੇ ਉਹ ਕਹਿੰਦੇ ਚੁੱਪ ਕਰਕੇ ਘਰੇ ਬੈਠਾ ਰ ਨਹੀਂ ਮੈਂ ਤਾਂ ਨੌ ਹਲਕੀਆਂ ਚ ਤੂਣ ਲੜੀ ਵੀ ਐ ਮੈਂ ਤਾਂ ਡਿੜ ਬਾਤ ਧੂਰੀ ਮਹਿਲ ਕਲਾਂ ਬਰਨਾਲਾ ਆਪਣਾ ਸੁਨਾਮ ਤੇ ਉਦੋਂ ਗਾ ਲਹਿਰਾ ਗਾਗਾ ਤੇ ਮੈਨੂੰ ਤਾਂ ਕਿ ਔਖੇ ਨਹੀਂ ਸੀ ਜਿੰਨੇ ਹਲਕੇ ਆ ਪਾਏ ਐ ਜੱਤੇ ਦਿੰਦਾ ਕਿ ਪੰਜ 4 4000 ਰੁਪਏ ਤਾਂ ਪੈਂਦੀ ਤੇ ਥੋੜੀ 36000 ਘਟ ਜਾਂਦੀ ਉਹ ਸਰਦਾਰ ਸਿਮਰ ਸਿੰਘ ਮਾਨ ਹੱਸ ਕੇ ਕਹਿੰਦੇ ਕਿ ਕਿਵੇਂ ਸਕੀਮ ਬਣਾਈ ਮੈਂ ਕਿਹਾ ਦਸਵੇਂ ਪਾਸ਼ਾ ਨੇ ਨਹੀਂ ਮੈਂ ਕਲੰਕਿਤ ਹੋ ਜਾਣਾ ਸੀ ਵੀ ਮੇਰੇ ਕਰਕੇ ਤੁਸੀਂ ਹਾਰ ਗਏ ਹੁਣ ਮੈਂ ਇਕੱਲਾ ਘਰੇ ਕਹਿਣਾ ਵੀ ਸੱਚੇ ਪਾਸ਼ਾ ਤੇ ਮੈਨੂੰ ਬਚਾਤਾ ਜਿਹੜਾ ਮੈਂ ਉਹ ਸੰਗਰੂਰ ਦੀ ਚੋਣ ਜੀ ਹਿੱਸਾ ਨਹੀਂ ਲਿਆ ਤੇ ਜਿਹੜੇ 5 10 20 50 ਬੰਦੇ ਸੁੱਛਣ ਆਏ ਫੋਨ ਤੇ ਪੁੱਛਿਆ ਮੈਂ ਕਿਹਾ ਇਦਰੀ ਪਾ ਪਾ ਦਿਓ ਸਰਦਾਰ ਸਿਵਰਜੀ ਸਿੰਘ ਮਾਨ ਨੂੰ ਉਹ ਮੈਂ ਕਹਿ ਦਿੰਦਾ ਸੀ ਰਾਮੂ ਵਾਲੀਆ ਸਾਹਿਬ ਅਕਾਲੀ ਦਲ ਤੇ ਗੱਲਬਾਤ ਹੋ ਗਈ ਹੁਣ ਗੱਲ ਕਰਾਂਗੇ ਸੱਤਾਧਰ ਪਾਰਟੀ ਤੇ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਕਦੇ ਉਹ ਵੀ ਦਿਨ ਹੁੰਦੇ ਸੀ ਤੁਹਾਡੀ ਲੋਕ ਭਲਾਈ ਪਾਰਟੀ ਲਈ ਹਰ ਭਜਨ ਮਾਨ ਤੇ ਭਗਵੰਤ ਮਾਨ ਚੋਣ ਪ੍ਰਚਾਰ ਕਰਦੇ ਹੁੰਦੀ ਸੀ ਛੋੜਾ ਚੋਣ ਨਿਸ਼ਾਨ ਜਿੰਦਾ ਕੁੰਜੀ ਹੁੰਦਾ ਸੀ ਬੜੇ ਨੇੜੇ ਰਹੇ ਹੋ ਭਗਵੰਤ ਮਾਨ ਦੇ ਜੀ ਉਮਰ ਤੁਹਾਡੀ ਛੋਟੀ ਹੈ ਇੰਨੀਆਂ ਗੱਲਾਂ ਕਿਵੇਂ ਜਾਣਦੇ ਆ ਉਹ ਬੱਲੇ ਭਗਵੰਤ ਮਾਨ ਦੇ ਤੁਸੀਂ ਨੇੜੇ ਰਹੇ ਹੋ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤੁਹਾਨੂੰ ਕਿਵੇਂ ਲੱਗਦਾਗਾ ਵੀ ਦੇਖੋ ਮੈਂ ਅੱਜ ਵੀ ਦੋਵੇਂ ਹੱਥ ਜੋੜ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਦਾਰ ਹਰਪ੍ਰੀਤਨ ਮਾਨ ਉਹਨਾਂ ਨੇ ਮੇਰੇ ਲਈ ਬਹੁਤ ਕੰਮ ਕੀਤਾ ਹਮ ਅਸੀਂ ਇਕੱਠੇ ਜੇ ਮੈਂ ਜਾਣਾ ਤਾਂ ਭਗਵੰਤ ਜੀ ਨੇ ਅੱਜ ਤੋਂ ਪੰਜਾਬ ਦੇ ਮਾਲਕ ਹੈ ਉਹਨਾਂ ਨੇ ਸਟੇਜ ਤੋਂ ਸਾਂਭਣੀ ਫੇਰ ਮੈਂ ਜਾਣਾ ਬੜੀ ਕਿਰਪਾ ਉਹਨਾਂ ਦੀ ਹਮ ਪਰ ਮੈਂ ਇੱਕ ਬੇਨਤੀ ਕਰਦਾ ਵੀ ਇਹ ਸੱਚੇ ਬਾਦਸ਼ਾਹ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਵੇਂ ਸਾਦਾ ਵਿਆਹ ਕਰਕੇ ਮਿਸਾਲ ਕਾਇਮ ਕਰਦੀ ਹੈ ਵੀਰ ਭਗਵੰਤ ਜੀ ਬਸ ਦੋ ਕੰਮ ਫੜ ਲਓ ਪਹਿਲਾ ਤਾਂ ਇੱਕ ਤਾਂ ਵਿਆਹਾਂ ਵਿੱਚ ਫਜ਼ੂਲ ਖਰਚੀਆਂ ਬੰਦ ਕਰ ਦਿਓ ਕਿਉਂਕਿ ਪੱਟੇ ਗਏ ਵਿਆਹਾਂ ਚ ਪੰਜਾਬੀ ਮੈਂ ਇੱਥੇ ਮੁੱਲਾਂਪੂਰੀ ਦੀ ਕੁੜੀ ਦਾ ਵਿਆਹ ਸੀ ਉੱਥੇ ਮੈਂ ਕਿੰਨੇ ਕ ਬੰਦੇ ਆ ਗਏ ਉਹ ਕਹਿੰਦਾ ਜੀ ਦੋ ਬਸਾਂ ਤਾਂ ਆ ਗਏ ਪਹਿਲਾਂ ਕਿ ਆ ਗੀਆਂ ਕਹਿੰਦਾ ਇਹ ਤਾਂ ਵੇਟਨਾਂ ਦੀਆਂ ਕਿ ਦਿਨ ਪਹਿਲਾਂ ਹੀ ਆ ਗਿਆ ਫਿਰ ਉਹਨਾਂ ਦੇ ਬੰਦੇ ਕਹਿਣ ਉਹ ਜੀ ਜਨ ਵਾਲੇ ਕਹਿੰਦੇ ਆ ਕੁੜੀਆਂ ਸ਼ਰਾਬ ਵਰਤੌਣ ਖਾਲੀ ਜੀ ਤੇ ਰੱਖ ਕੇ ਮੈਂ ਕਿਹਾ ਮਰਨਗੇ ਇਸ ਲਈ ਫਜ਼ੂਲ ਖਰਚੀਆਂ ਨਾ ਜਾਓ ਜੱਟਾਂ ਤੁਸੀਂ ਤੇ ਸਿੱਖੋ ਸਾਰਿਓ ਪੱਟ ਤੇ ਪੁਘਾਰੀ ਬਣ ਕੇ ੱੱੱਕੇ ਖਾਓਗੇ ਜਿੰਨੇ ਵਿਆਹਾਂ ਚ ਪੈਸੇ ਖਰਚ ਕਰਦੇ ਆ ਜਾ ਭਾਵੇਂ 1800 ਸੁੱਖਾਂ ਸੁਖ ਲੋ ਉੱਥੇ ਜਾ ਕੇ ਵੈਸ਼ਨੂ ਦੇਵੀ ਤੁਹਾਡਾ ਕੰਮ ਨਹੀਂ ਬਣ ਸਕਦਾ ਨਾ ਬਣੇ ਜੇ ਬਚਾਉਣਾ ਭਗੰਤ ਜੀ ਆਪਦੇ ਵਰਗੀਆਂ ਸਾਧੀਆਂ ਸ਼ਾਦੀਆਂ ਸ਼ਾਦੀਆਂ ਦਾ ਝੰਡਾ ਚੁੱਕ ਕੇ ਡਿਊਟੀ ਲਾ ਦਿਓ 11 ਬੰਦਿਆਂ ਦੀ ਪਰ ਜਿਹੜਾ ਫੈਸਲਾ ਉਹਨਾਂ ਨੇ ਰਾਜ ਸਭਾ ਵਾਲਾ ਲਿਆ ਉਸ ਨੂੰ ਲੈ ਕੇ ਕਾਫੀ ਇਹੋ ਪਹਿਲਾਂ ਦੂਜਾ ਮੈਂ ਕਰਦਾ ਦੂਜਾ ਤੁਸੀਂ ਮੈਂ ਫੈਸਲਾ ਕਰਦਾ ਆਪਣੀਆਂ ਧੀਆਂ ਉਹ ਲੋਕੋਂ ਤੁਹਾਨੂੰ ਵੀ ਕਹਿੰਨਾ ਮੈਂ ਆਪਣੀਆਂ ਧੀਆਂ ਤੇ ਪੁੱਤਾਂ ਟਰੈਵਲ ਏਜੰਟ ਅਹਿਮਦ ਸ਼ਾਹ ਅਬਦਾਲੀ ਨੇ 2600 ਕੁੜੀ ਲਿਆਂਦੀ ਸੀ 2200 ਉੱਥੋਂ ਗੁਜਰਾਤ ਤੋਂ ਸਿੱਖਾਂ ਨੇ ਛੜਾ ਕੇ ਉੱਥੇ ਵਾਪਸ ਕਰ ਜਾਂਦੀ ਸੀ ਅੱਜ ਆਪਣੇ ਮੁੰਡੇ ਤੇ ਧੀਆ ਟਰੈਵਲ ਏਜੰਟ ਉਹਨਾਂ ਦੇ ਸੁਪਨੇ ਵੀ ਲੁੱਟ ਕੇ ਲੈ ਗਏ ਉਮੀਦਾਂ ਵੀ ਲੁੱਟ ਕੇ ਲੈ ਗਏ ਬਟੂਏ ਵੀ ਲੁੱਟ ਕੇ ਰਹਿ ਗਏ ਉਹ ਮੈਥੋਂ ਨਾ ਕਢਾਓ ਕਿ ਮੂੰਹ अनेका ਕੁੜੀਆਂ ਦੀ ਇੱਜ਼ਤਾਂ ਵੀ ਲੁੱਟ ਕੇ ਲੈ ਗਏ ਇਹਨਾਂ ਨੂੰ ਕਰ ਲਾ ਜਿਵੇਂ ਮੁਸਲਮਾਨਾਂ ਵਿੱਚ ਇੱਕ ਲਫ਼ਜ਼ ਹੈ ਅਬਲਿਸ ਜਿਹੜਾ ਸ਼ੈਤਾਨ ਫਰਿਸ਼ਤਾ ਉਹਦਾ ਨਾਂ ਜਿਹਨੇ ਸੁਰਗਿਆਂ ਤੇ ਉਹਨੂੰ ਧੱਕੇ ਦੇ ਕੇ ਕੱਢਦਾ ਸੀ ਥੋੜਾ ਸੁਖ ਨ ਅਬਲਿਸੇ ਕੀਤਾ ਖੁਦੀ ਤੱਕਬਰ ਵਾਲਾ ਰਹਿਮਤ ਦੇ ਦਰਵਾਜ਼ੇ ਵਿੱਚੋਂ ਮਿਲ ਗਿਆ ਦੇਸ਼ ਨ ਕਹਲਾ ਪੰਜਾਬ ਦੇ ਟਰੈਵਲ ਏਜੰਟ ਸ਼ੈਤਾਨ ਤੇ ਅਬਲਿਸ ਹੈ ਜਿਨ੍ਹਾਂ ਨੂੰ ਮੁਸਲਮਾਨਾਂ ਨੇ ਇਸ ਸੁਰਗ ਚੋਂ ਕੱਢਤਾ ਸੀ ਜਾਓ ਜਲੰਧਰ ਇੱਕ ਕਲਕੱਤੇ ਦਾ ਬੰਦਾ ਹੈ ਉਹਦਾ ਨਾਂ ਕੀ ਹੈ ਭਲਾ ਭੋਲਾ ਸਿੰਘ ਭੋਲਾ ਭੋਲਾ ਉਹ ਆਪ ਅਮਰਤਾਰੀ ਕੁੜੀ ਅਮਰਤਾਰੀ ਬੋਟੀ ਅਮਰਤਾਰੀ ਮੁੰਡਾ ਦਾ ਅਮਰਤਾਰੀ ਉਹਨਾਂ ਦਾ 13 ਲੱਖ ਭੋਪਲੇ ਨਾਂ ਦਾ ਏਜੰਟ ਲੁੱਟੀ ਬੈਠਾ ਮੈਂ 2.5 ਲੱਖ ਮੜਾਤਾ ਬਾਕੀ ਮੜਾ ਦੂੰਗਾ ਜੇ ਮੈਂ 2.5 ਲੱਖ ਦਾ ਮੜਾਉਂਦਾ ਉਦੋਂ ਖੁਦਕੁਸ਼ੀ ਕਰਨੀ ਸੀ ਹੂੰ ਉਦੋਂ ਉਹ ਉਹਦੀ ਘਰਵਾਲੀ ਨੇ ਭਾਂਡੇ ਮਾਜਦੀ ਆ ਤੇ ਉੱਥੇ ਅਮਰਤਾਰੀ ਐ ਉਹ ਜਲੰਧਰ ਵਿੱਚ 200 ਗੁਰਦੁਆਰੇ ਐ ਉਹ ਮੈਨੂੰ ਇੱਕ ਗੁਰਦੁਆਰਾ ਦਿਖਾ ਦਿਓ ਸਰਦਾਰ ਭਗਵੰਦ ਸਿੰਘ ਮਾਨ ਜਲੰਧਰ ਵਿੱਚ ਮੋਗੇ ਚ ਤੇ ਸਾਰੇ ਪੰਜਾਬ ਚ ਹੀ ਨਹੀਂ ساری ਦੁਨੀਆ ਚ ਇੱਕ ਗੁਰਦੁਆਰਾ ਦਿਖਾ ਦਿਓ ਦੁਨੀਆ ਚ ਜਿੱਥੋਂ ਦੀ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਬਣਾਈ ਹੋਵੇ ਕਿ ਟਰੈਵਲ ਏਜੰਟਾਂ ਤੋਂ ਪੈਸੇ ਮੜਾਉਣੇ ਆ ਹੂੰ ਲਿਆਓ ਕਿੱਥੇ ਐ ਮੈਂ ਬਣਾਉਣਾ ਨਾਲੇ ਮੇਰੀ ਪਾਰਟੀ ਨਹੀਂ ਉਹ ਕਹਿੰਦੇ ਉਹ ਤਾਂ ਯਾਰ ਪਾਰਟੀ ਉਹ ਤੁਸੀਂ ਬੜੇਵੇਂ ਲੈਣੇ ਜੇ ਮੈਂ ਕਹਿੰਦੇ ਕ੍ਰੇਡਿਟ ਅਮਰੀਕਾ ਕਲਕੱਤਾ ਤੁਸੀਂ ਕਾਦ ਉੜ ਗਏ ਮੈਂ ਤਾਂ ਮੈਂ ਤਾਂ ਪਾਰਟੀ ਬਦਲੀ ਨਹੀਂ ਮੈਂ ਤਾਂ ਆਪ ਦਾ ਹੁਣ ਤੁਹਾਨੂੰ ਦੱਸਿਆ ਮੇਰਾ ਤਾਂ ਲਿਆਜ ਪਾਉਣਾ ਹੈ ਮੇਰੀ ਹੁਣ ਲਿਆਜ ਕਿੰਜਾਂ ਨਾ ਪਰ ਜਿਹੜਾ ਸਵਾਲ ਮੇਰਾ ਸੀ ਆਮ ਆਦਮੀ ਪਾਰਟੀ ਨੂੰ ਤੁਸੀਂ ਕਿਵੇਂ ਦੇ ਹਾਂ ਆਮ ਆਦਮੀ ਜਿਹੜੇ ਫੈਸਲੇ ਲਏ ਗਏ ਖਾਸ ਕਰਕੇ ਚੰਡੀਗੜ੍ਹ ਨੂੰ ਲੈ ਕੇ ਕਈ ਚੀਜ਼ਾਂ ਹੋਣਾਆਂ ਗਈਆਂ ਦੇਖੋ ਜਿਹੜੀ ਗੱਲ ਤੇ ਵਿਚਾਰ ਵਿਮਾਰਸ਼ ਹੋ ਰਿਹਾ ਹੈ ਮੈਂ ਇੱਕ ਬਿਆਨ ਦੇ ਚੁੱਕਾ ਹਾਂ ਜੀ ਪਹਿਲਾ ਹੂੰ ਉਹ ਬਿਆਨ ਮੈਂ ਨਿਰਪੱਖ ਦਿੱਤਾ ਹੈ ਲਖਨਊ ਤੋਂ ਜੀ ਦੋ ਵਾਰੀ ਦਿੱਤਾ ਹੈ ਤਿੰਨ ਵਾਰੀ ਦਿੱਤਾ ਹੈ ਮੈਂ ਚਾਹੁੰਨਾ ਵੀ ਭਗਵੰਤ ਮਾਨ ਜੀ 31 ਮਾਰਚ 2023 ਤੱਕ ਹੂੰ ਉਹ ਜੋ ਫੈਸਲੇ ਕਰਦੇ ਆ ਸ਼ਾਇਦ ਉਹ ਸਹੀ ਕਰਦੇ ਆ ਗਲਤ ਕਰਦੇ ਆ ਉਸ ਮੁਲਾਂਕਣ ਚ ਤਾਂ ਮੈਂ ਪੈਂਦਾ ਨਹੀਂ ਮੈਂ ਉਹਨਾਂ ਦੀ ਨੀਤ ਤੇ ਸ਼ੱਕ ਨਹੀਂ ਕਰਦਾ ਉਹ ਨੀਤਵਾਨ ਤੇ ਸੱਚੀ ਨੀਤ ਵਾਲੇ ਆ ਭਗਵੰਤ ਮਾਨ ਮੌਕਾ ਦਿਓ ਪਰ ਉਹ ਕਈ ਵਾਰ ਜਿਵੇਂ ਚੰਡੀਗੜ੍ਹ ਦਾ ਬਿਆਨ ਦਿੱਤਾ ਗਿਆ ਮੈਂ ਆਪ ਉਹਨਾਂ ਦੇ ਕੋਲ ਹੁੰਦਾ ਮੈਂ ਕਹਿੰਦਾ ਸੀ ਇਹ ਕਹਿ ਦਿਓ ਵੀ ਜਿਵੇਂ ਅੰਗਰੇਜ਼ਾਂ ਨੇ ਲਾਹੌਰ ਤੇ ਸਾਡੇ ਕੋਲ ਕਸੂਰ ਤੇ ਰਾਜ ਖੋਹ ਲਿਆ ਸੀ ਐ ਦਿੱਲੀ ਗਵਰਨਮੈਂਟ ਨੇ ਸਾਡੇ ਕੋਲ ਚੰਡੀਗੜ੍ਹ ਖੋਹ ਲਿਆ ਤੇ ਜਿਵੇਂ ਅਸੀਂ ਲੜਾਈ ਲੜਦੇ ਰਹੇ ਵੀ ਸਾਡਾ ਲੋਕ ਤੁਸੀਂ ਕਹਿ ਰਹੇ ਹੋ ਵੀ ਮੌਕਾ ਦੇ ਦਿਓ ਲੋਕ ਕਹਿ ਰਹੇ ਆ ਵੀ ਤਿੰਨ ਮਹੀਨੇ ਮੌਕਾ ਦਿੱਤਾ ਸੀ ਤਾਂ ਹੀ ਤਾਂ ਸੰਪੂਰ ਮੈਂ ਉਹ ਮੈਂ ਗਲਤ ਹੋ ਸਕਦਾ ਹੈ ਮੈਂ ਫਿਲਹਾਲ ਇੱਕਦਮ ਕਿਉਂਕਿ ਮੈਂ ਇੱਕ ਬਿਆਨ ਦੇ ਚੁੱਕਿਆ ਸਰ ਬੜੇ ਜਿਹੜੇ ਸੀਨੀਅਰ ਲੀਡਰ ਨੇ ਖਾਸ ਕਰਕੇ ਜਿਹੜੇ ਤੁਹਾਡੇ ਹਮ ਉਮਰ ਜਾਂ ਛੋਟੇ ਨੇ ਤੁਹਾਡੇ ਨਾਲ ਰਾਜਨੀਤੀ ਕੀਤੀ ਉਹ ਕਹਿੰਦੇ ਆ ਵੀ ਰਾਮੂ ਵਾਲੀ ਸਭ ਕਿਤੇ ਨਾ ਕਿਤੇ ਡਰਦੇ ਨੇ ਨਵੀਂ ਸਰਕਾਰ ਤੋਂ ਨਹੀਂ ਮੈਂ ਕਿਹਾ ਨੂੰ ਨਹੀਂ ਤੇ ਮੈਂ ਲੈਣੇ ਕੁਝ ਨਹੀਂ ਮੈਂ ਵੋਟ ਮੈਂ ਤਾਂ ਵੋਟਾਂ ਨੂੰ ਵੀ ਕਹਿਣ ਲੱਗਾ ਆਪਦੀਆਂ ਵੋਟਾਂ ਭਾਈ ਸ਼ੀਸ਼ੇ ਜਿਹੜਾ ਕਿ ਰੱਖ ਲਓ ਕਿਤੇ ਮੁੱਖ ਮੰਤਰੀ ਨਾਲ ਪ੍ਰਾਣੀ ਲਿਆਜ ਤਾਂ ਨਹੀਂ ਜਾਦ ਨਹੀਂ ਉਹ ਨਹੀਂ ਗੱਲ ਹੈ ਮੈਂ ਕਹਿੰਦਾ ਵੀ ਇੱਕ ਬਦਲਾ ਆਇਆ 70 ਸਾਲ ਬਾਅਦ ਦੋਨਾਂ ਨੂੰ ਮੌਕਾ ਦੇ ਦਿਓ ਸਾਲ ਕੀ ਹੈ ਮੈਂ ਤਾਂ ਲੈਣੇ ਕੁਝ ਨਹੀਂ ਮੈਂ ਤੁਹਾਨੂੰ ਦੱਸੀ ਜਾਣਾ ਮੈਂ ਤੁਹਾਨੂੰ ਕਹ ਆਉਂਦੀਆਂ ਵੋਟਾਂ ਰਾਂ ਸਾਹਮਣੇਓ ਮੈਨੂੰ ਸੇਵਾ ਕਰਨੋਂ ਨਹੀਂ ਹਟਾ ਸਕਦਾ ਪਰ ਜਿਹੜਾ ਇੱਕ ਉਹ ਉਹਨਾਂ ਨੇ ਉਹਨਾਂ ਵੱਲੋਂ ਇਹ ਕਿਹਾ ਹੈਗਾ ਵੀ ਸਾਨੂੰ ਵੀ ਵਿਧਾਨ ਸਭਾ ਬਣਾਉਣ ਨੂੰ ਜਾਂ ਹਾਈ ਕੋਰਟ ਬਣਾਉਣ ਨੂੰ ਉਹ ਤੁਸੀਂ ਕਿਵੇਂ ਮੰਗ ਚੰਡੀਗੜ੍ਹ ਤੁਸੀਂ ਉਹ ਮੇਰੇ ਖਿਆਲ ਬੰਦੇ ਹੋ ਚੰਡੀਗੜ੍ਹ ਕੀ ਦਾਗਾ ਮੈਂ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਹੈ ਪੰਜਾਬ ਦਾ ਰਹੇਗਾ ਪੰਜਾਬ ਦੇ ਮੂੰਹ ਚੋਂ ਬੁਰਕੀ ਖੋਈ ਹੈ ਪੰਜਾਬ ਦੀ ਅੱਖ ਦੀ ਅੱਖ ਕੱਢ ਕੇ ਲੈ ਗਈ ਇੰਦਰਾ ਗਾਂਧੀ ਹਾਂਜੀ ਆਪ ਦੇ ਉੱਥੇ ਕਰਕੇ ਪੰਜਾਬ ਜਿਹੜਾ ਉਹਨੂੰ ਪੈਰਾਂ ਥੱਲੇ ਮਿੱਧਿਆ ਚੀਕਾਂ ਕਢਾਈਆਂ ਜ਼ਖਮ ਕਰਕੇ ਨੂਨ ਦੀ ਬੋਰੀ ਪਾਈ ਹੈ ਬੁੱਕ ਨਹੀਂ ਪਾਇਆ ਬੋਰੀ ਪਾਈ ਹੈ ਅਬਿੰਦਰਾ ਗਾਂਧੀ ਨੇ ਇਹ ਪੰਜਾਬ ਦਾ ਲੇਕਿਨ ਉਹਨਾਂ ਕੋਲੋਂ ਮੇਰੇ ਖਿਆਲ ਚ ਇੱਕ ਕੈਲਕੂਲੇਸ਼ਨ ਜੋ ਉਹਨਾਂ ਨੇ ਬਿਆਨ ਦਿੱਤਾ ਜੇ ਉਹਨੂੰ ਪੁਨਰ ਵਿਚਾਰ ਕਰਨਗੇ ਤਾਂ ਉਹ ਠੀਕ ਕਰ ਦੇਣਗੇ ਮੈਨੂੰ ਉਮੀਦ ਹੈ ਹੂੰ ਤੁਹਾਨੂੰ ਕੀ ਲੱਗਦਾਗਾ ਖਾਸ ਕਰਕੇ ਜਿਹੜਾ ਇੱਕ ਕਮੇਟੀ ਵੀ ਬਣੀ ਉਹਦਾ ਚੇਅਰਮੈਨ ਰਗਵ ਚੱਡਾ ਨੂੰ ਲਾਇਆ ਗਿਆਗਾ ਜਿਹੜੀਆਂ ਇਹ ਚੀਜ਼ਾਂ ਹੋ ਰਹਿਨਾਂ ਬਹੁਤ ਲੋਕ ਕਹਿ ਰਹੇ ਹੈ ਵੀ ਦਿੱਲੀ ਵਾਲਿਆਂ ਦੀ ਜਿਹੜੀ ਮਜੂਦਗੀ ਆ ਉਹ ਵਧਣ ਲੱਗੀ ਦੇਖੋ ਮੈਂ ਪੋਲੀਟਿਕਲ ਲੀਡਰ ਹਾਂ ਲੀਡਰ ਦਾ ਨਾਂ ਕਹਾਂ ਪੋਲੀਟਿਕਲ ਵਰਕਰ ਫੰਕਸ਼ਨਰੀ ਹਾਂ ਮੈਂ ਕਿਸੇ ਪਾਰਟੀ ਦੇ ਫੈਸਲਿਆਂ ਨੂੰ ਜਰਨਲਿਸਟ ਤਾਂ ਮੈਂ ਨਹੀਂ ਜੀ ਮੈਂ ਪੱਤਰਕਾਰ ਹਾਂ ਤੇ ਮੈਂ ਫਿਰ ਉਹ ਉਹ ਵਿਚਾਰ ਉਹ ਪੜ੍ਹਨੀ ਲਾ ਕੇ ਚਾ ਪੜ੍ਹਨੀ ਨੂੰ ਪੂਣਾ ਤੁਸੀਂ ਤਾਂ ਕਪੜੇ ਛਾਣ ਵੀ ਕਰੀ ਬੈਠੇ ਆ ਸਰਦਾਰ ਰਤਨ ਸਾਹਿਬ ਜਿਵੇਂ ਕ ਕਪੜੇ ਛਾਣਿਆ ਤੁਸੀਂ ਕਹਿੰਦੇ ਹੋ ਤੁਸੀਂ ਅਕਸਰ ਮੁਲਾਕਾਤਾਂ 'ਚ ਕਹਿੰਦੇ ਹੋ ਵੀ ਅਸੀਂ ਮੈਂ ਛਾਣਣਾ ਲਾ ਕੇ ਦੇਖਦਾ ਮੈਂ ਵੇਨਾ ਪਰ ਹਲੇ ਮੈਂ ਫਿਰ ਤੁਹਾਡੀ ਗੱਲ ਤੇ ਆਉਣਾ ਉਹਨਾਂ ਨੇ ਕਿਉਂ ਬਣਾਇਆ ਚੱਡਾ ਸਾਹਿਬ ਨੂੰ ਕੀ ਉਹ ਚ ਮੁੱਖ ਮੰਤਰੀ ਦੀਆਂ ਪਾਵਰਜ਼ ਈਰੋਡ ਤਾਂ ਨਹੀਂ ਹੋਈਆਂ ਕੀ ਪਾਵਰਜ਼ ਦਾ ਸੈਂਟਰ ਉਹ ਸ਼ਿਫਟ ਹੋ ਕੇ ਏ ਪਲੇਸ ਤੋਂ ਬੀ ਤੱਕ ਹੀ ਚਲੇ ਗਿਆ ਇਹ ਮੁੱਖ ਮੰਤਰੀ ਸਾਹਿਬ ਨੇ ਤੇ 92 ਐਮਐਲ ਨਹੀਂ ਸੋਚਣ ਤੇ ਪਰ ਮੈਂ ਇਹ ਸਮਝਦਾ ਵੀ ਐਬਸੋਲਿਊਟ ਫਾਈਨਲ ਅੰਤਲੀ ਉਹ ਪਾਵਰ 92 ਐਮਐਲਏ ਤੇ ਮੁੱਖ ਮੰਤਰੀ ਤੇ ਮੰਤਰੀ ਮੰਡਲ ਕੋਲ ਹੀ ਚਾਹੀਦੀ ਹੈ ਪਰ ਜੇ ਇਹਦੇ ਵਿੱਚ ਕੋਈ ਕਿਤੇ ਕੋਈ ਸ਼ਿਫਟਿੰਗ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਡਿਵੀਏਸ਼ਨ ਆਈ ਹੈ ਤਾਂ ਆਈ ਐਮ ਸੌਰੀ ਕਿ ਇਹ ਵੈਲਕਮ ਕਰਨੀ ਮੁਸ਼ਕਲ ਨਾ ਹੋ ਜੇ ਜੀ ਇੱਕ ਜਿਹੜਾ ਮੁੱਦਾ ਹਮੇਸ਼ਾ ਤੁਸੀਂ ਉਠਾਉਂਦੇ ਰਹੇ ਹੋ ਟਰੈਵਲ ਏਜੰਟ ਵਾਲਾ ਜਾਂ ਹੋਰ ਠੀਕ ਹੈ ਮੁੱਦਾ ਠੀਕ ਹੈ ਬਹੁਤ ਸਾਰੇ ਪੰਜਾਬੀ ਮੰਨਦੇ ਨੇ ਪਰ ਜਿਹੜੇ ਰਾਜਨੀਤਿਕ ਲੋਕ ਨੇ ਜਾਂ ਵੱਡੇ ਲੀਡਰ ਨੇ ਉਹ ਕਹਿੰਦੇ ਆ ਵੀ ਬਲਵੰਤ ਸਿੰਘ ਰਾਮੂ ਵਾਲੀਆ ਆਪਣੀ ਜ਼ਿੰਦਗੀ ਦੇ ਉਹ ਜਿਹੜੇ ਅਹਿਮ ਦਿਨ ਸੀ ਉਹ ਇਨ੍ਹਾਂ ਮਸਲਿਆਂ 'ਚ ਉਲਝੇ ਰਹੇ ਉਹਨਾਂ ਨੇ ਉਹ ਤਰ੍ਹਾਂ ਦੀ ਪੋਲਿਟਿਕਸ ਨਹੀਂ ਕੀਤੀ ਕਿ ਮੈਂ ਮੈਂ ਕੀ ਕਰਦਾ ਨਾ ਹੋਰ ਮੈਂ ਕੀ ਕਰਦਾ ਜਿਹੜੇ ਬੰਦੇ ਨੇ 14 ਬੰਦੇ ਮੌਤ ਚੋਂ ਲੈਂਦੇ ਹੁਣ ਤੇ ਵੋਟਰ 128 ਨਿਕਲਣ ਤੇ ਉੱਥੇ ਮੈਂ ਡਗੜਗੀ ਖੜਕਾਉਂਦਾ ਹੂੰ ਮੈਨੂੰ ਤਾਂ ਲੋਕਾਂ ਨੇ ਧੱਕੇ ਦੇ ਕੇ ਫੇਲ ਕੀਤਾ ਮੇਰੇ ਮੂੰਹ ਤੇ ਕਹਿੰਦਾ ਸੀ ਬੰਦਾ ਤੂੰ ਚੰਗਾ ਤੇਰਾ ਬੜਨਾ ਕੱਖ ਨਹੀਂ ਤੇ ਜੇ ਕਿਸੇ ਨੂੰ ਕਹ ਜੀਏ ਕੁੜੀਏ ਹੈ ਤਾਂ ਤੂੰ 5 ਫੁੱਟ 7 ਇੰਚ ਪਰ ਵਿਆਹ ਨਾ ਤੇ ਨੂੰ 3.5 ਫੁੱਟ ਨਾਲ ਦੋ ਤੋਂ ਭੱਜੂਗੀ ਮੈਂ ਵੀ ਭੱਜ ਗਿਆ ਮੇਰਾ ਠੇਕਾ ਲਿਆ ਸੀ ਮੈਂ ਕੋਈ ਲੈ ਕੇ ਤਾਂ ਨਹੀਂ ਗਿਆ ਤੇ ਹੁਣ ਮੈਂ ਕਹਿੰਦਾ ਮੈਨੂੰ ਦੱਸ ਦਿਓ ਪੰਜਾਬੀਓ ਆ ਚੱਕੋ ਆਪਣੀਆਂ ਵੋਟਾਂ ਫਰੇਮ ਤੇ ਜੜਾ ਕੇ ਰੱਖ ਲਓ ਤੂੰ ਮੈਨੂੰ ਪਾਈਂ ਤੁਹਾਡੀਆਂ ਵੋਟਾਂ ਤੋਂ ਬਿਨਾ ਮੈਂ ਦਿੱਲੀ ਕੇ ਮੰਤਰੀ ਬਣ ਕੇ ਨਹੀਂ ਦਿਖਾਇਆ ਪਰ ਤੁਸੀਂ ਇਹੜੀ ਪੰਜਾਬ ਦੀ ਧਰਤੀ ਨਾਲ ਜਿੱਥੇ ਤੁਸੀਂ ਜੰਮੇ ਹੋ ਉਹਦੇ ਰੰਗਦਾਰੀ ਕਰੀਏ ਕਿ ਕਿ ਨਾ ਗਿਦਾਰੀ ਕਿੱਥੇ ਹੈ ਤੁਸੀਂ ਲਖਨਊ ਬੈਠੇ ਰਹੇ ਉਹ ਕੀਤਾ ਹੀ ਪੰਜਾਬ ਦੇ ਕੰਮ ਹੈ ਅਚ ਆ ਜਾ ਗਿਦਾਰੀ ਹੈ ਜਾਂ ਲਿਆਓ ਸਰਦਾਰਾ ਮੈਂ ਵਰਿਆਮ ਸੋ ਛੱਡਦਾ ਜੀ ਉਠੋ ਗਿਦਾਰੀ ਦੀਆਂ ਗੱਲਾਂ ਕਰਨ ਵਾਲੇ ਉਠੋ ਉਠੋ ਬਾਦਲੋ ਉਠੋ ਅਮਰਿੰਦਰੋ ਉਠੋ ਕੋਈ ਮੈਂ ਕਿਹਾ ਸਰਦਾਰ ਅਮਿੰਦਰ ਸਿੰਘ ਕਹਿਣਾ ਚਾਹੀਦਾ ਐਵੇਂ ਮੂੰਹੋਂ ਨਿਕਲ ਗਿਆ ਉਠੋ ਬਾਦਲ ਸਾਹਿਬ ਤੁਸੀਂ ਕਿ ਛੱਡਿਆ ਆ ਬੈਠਾ ਗਰੀਬੜਾ ਮੇਰੇ ਹਲ ਯੂਪ ਚ ਨਾਲੇ ਮੈਂ ਉਸ ਦਿਨ ਐ ਐਮ ਐਲ ਸੀ ਨਹੀਂ ਸੀ ਜਦੋਂ ਮੈਂ ਛੱਡਿਆ ਬਰਿਆਮ ਤੋਂ ਉਦੋਂ ਮੈਂ ਆਕਸੀਜਨ ਮੰਗੇ ਵੀ ਸੀ ਉਦੋਂ ਮਰਦ ਮੈਂ ਐਮ ਐਲ ਸੀ ਬਣ ਗਿਆ ਮੈਨੂੰ ਹਟਾਈ ਨਹੀਂ ਸਕਦਾ ਕੋਈ ਜੀ ਮੈਂ ਉਦੋਂ 6 ਮਹੀਨੇ 175 ਦਿਨ ਮੈਂ ਬਣਿਆ ਨਹੀਂ ਕੋਈ ਕੁਛ ਪਰ ਉਹ ਮ ਸੀਗਾ ਮਨਿਸਟਰ ਜੀ ਮੈਂ ਬਰਿਆਮ ਤੋਂ ਛੱਡਿਆ ਤੁਸੀਂ ਉਦੋਂ ਕਿਉਂ ਨਾ ਬੰਦੀ ਸਿੱਖ ਛੱਡੇ ਸੁਖਵੀਰ ਜੀ ਪ੍ਰਕਾਸ਼ ਬਾਦਲ ਜੀ ਅਮਰਿੰਦਰ ਜੀ ਜਦੋਂ ਤੁਸੀਂ ਛੱਡ ਸਕਦੇ ਸੀ ਹੁਣ ਜੋ ਚੀਕਾ ਮਾਰਦੇ ਆ ਗੱਡੀ ਲੰਘੀ ਕਿਹਨੇ ਮੈਂ ਤਾਂ ਪਹਿਲਾ ਟਾਈਮ ਤੋਂ ਆ ਗਿਆ ਸੀ ਚੜਨੀ ਹੋਇਆ ਤੇ ਤੁਸੀਂ ਜਾਣ ਕੇ ਨਹੀਂ ਚੜੇ ਜਦੋਂ ਮੈਂ ਬਰਿਆਮ ਤੋਂ ਛੱਡਿਆ ਤੁਹਾਨੂੰ ਪਤਾ ਮੈਂ ਕਿਵੇਂ ਛੱਡਿਆ ਮੈਂ ਤਾਂ ਜਾ ਰਿਹਾ ਸੀ ਤੇ ਉਹਦਾ 46ਵਾਂ ਜਨਮ ਦਿਨ ਸੀ 45ਵਾਂ ਮੈਂ ਕਹਿੰਦਾ ਹੌਨਰੇਬਲ ਪ੍ਰਾ ਚੀਫ ਮਿਨਿਸਟਰ ਤੁਹਾਡਾ 45ਵਾਂ ਜਨਮ ਦਿਨ ਹੈ ਮੈਂ 45 ਬੰਦੇ ਜਿਹੜੇ 25-25 ਸਾਲ ਅੰਦਰ ਦੇਗੇ ਅਕਲਿਸ਼ ਜਾਦਵ ਅਕਲਿਸ਼ ਜਾਦਵ ਸਾਹਿਬ ਨੂੰ ਮੈਂ ਕਹਿੰਦਾ ਹੌਨਰੇਬਲ ਚੀਫ ਮਿਨਿਸਟਰ ਜਾਦਵ ਸਾਹਿਬ ਮੈਂ ਛੱਡ ਦਿਆਂ ਕਹਿੰਦਾ ਕਿਉਂ ਛੱਡਣੇ ਵਾਜੀ 45 ਤੁਹਾਡਾ ਦਿਨ ਹੈ 45ਵਾਂ ਛੱਡ ਦਿੰਨੇ ਤੇ ਮੇਰਾ ਸੀ ਵੀ 45ਾਂ ਚ 22 ਪਹਿਲਾਂ ਲਿਖ ਦੇਵਾਂਗੇ 23ਵਾਂ ਬਰੀਆਮ ਤੋਂ ਲਿਖ ਦੇਵਾਂਗੇ ਤੇ 22 ਥੱਲੇ ਲਿਖ ਦੇਵਾਂਗੇ ਤੇ ਇੱਥੇ ਹੀ ਦੇ ਕਰਕੇ ਇਹ ਤੋਂ ਐਂ ਘੁੱਗੀ ਜਿਮਰਾ ਲਾਂਗੇ ਬਾਕੀ ਤਾਂ ਮੈਂ ਆਪ ਹੀ ਲਿਖਣਾ ਹੂੰ ਮੈਂ ਕਹਿੰਦਾ ਕੋਈ ਠੱਗੀ ਮਾਰਨੀ ਸੀ ਜੀ ਉਹ ਤੁਰੇ ਜਾਂਦੇ ਸੀ ਕੈਬਨਿਟ ਮੀਟਿੰਗ ਤੋਂ ਅਸੀਂ ਅਸੀਂ ਕੇ ਗਾਜ ਦਫ਼ਤਰ ਸੀ ਉਹਨਾਂ ਦਾ ਉਹਨਾਂ ਦਾ 10 ਕਿਤੇ ਕਹਿੰਦੇ ਰਾਮੂਲ ਸਾਹਿਬ ਮੈਂ ਕਿਹਾ ਜੀ ਮੈਂ ਹੈਗਾ ਬੋਲੋ ਰਾਮੂਲ ਸਾਹਿਬ ਨਾ ਛੱਡਿਓ ਬੰਦੇ ਜੀ ਉਹ ਮੈਂ ਕਿਹਾ ਮੇਰਾ ਘਰ ਕੁ ਹੋ ਗਿਆ ਹੁਣ ਤਾਂ ਇਹ ਨਹੀਂ ਕਿ ਅਸੀਂ ਛੱਡ ਦੇਣਾ ਮੈਂ ਕਿਹਾ ਛੱਡ ਦਿੰਦੇ ਚੰਗਾ ਸੀਗਾ ਕਹਿੰਦੇ ਨਹੀਂ ਜੇ ਦੋ ਦੋ ਤਿੰਨ ਤਿੰਨ ਬੰਦੇ ਕਤਲ ਕਰ ਤੇ ਬਾਹਰ ਜਾ ਕੇ ਹੂੰ ਉਹਨੇ ਮੈਂ ਥੋੜਾ ਜਿਹਾ ਉਦਾਸ ਹੋ ਕੇ ਕਿਹਾ ਬਾਈ ਕੁੜ ਮੈਂ ਮੁੱਕਰਦਾ ਨਹੀਂ ਮੈਂ ਕਿਹਾ ਜੀ ਇੱਕ ਬੰਦਾ ਤਾਂ ਛੱਡਦੀ ਆ ਆਪਾਂ ਹੂੰ ਉਹ ਕਹਿੰਦਾ ਜੀ ਉਹ ਤੁਹਾਡੇ ਜਨਮ ਦਿਨ ਤੇ ਇੱਕ ਛੱਡਿਆ ਹੂੰ ਮੈਂ ਨਾ ਉਹ ਬੰਦਾ ਮਾਰੇ ਉਹ ਤਾਂ ਅੰਦਰ 27 ਸਾਲ ਦਾ ਬੇਟਾ ਹੈ ਉਹ ਗੁਰੂ ਅਮਰ ਸਗ ਮਿਹਰਬਾਨੀ ਦਸਵੇਂ ਪਾਤਸ਼ਾਹ ਉਹ ਮੈਨੂੰ ਕਹਿੰਦਾ ਮੁੱਖ ਮੰਤਰੀ ਸਾਹਿਬ ਸਿੱਖ ਤਾਂ ਨਹੀਂ ਕਿਤੇ ਕਹੀਂ ਸਿੱਖ ਤਾਂ ਨਹੀਂ ਹੂੰ ਮੈਂ ਕਿਹਾ ਹੈ ਤਾਂ ਸਿੱਖ ਬਸ ਪਰ ਸਿੱਖ ਹੀ ਛੱਡਣਾ ਕਰਦਾ ਹੋਰ ਨਹੀਂ ਛੱਡਣਾ ਚਤਾਰੀ ਨਹੀਂ ਛੱਡਣੀ ਇੱਕ ਛੱਡਣਾ ਸਿੱਖ ਹੂੰ ਮੈਂ ਤੈਨੂੰ ਉੱਥੇ ਹੀ ਮੁੜ ਗਿਆ ਜਾ ਕੇ ਮੈਂ ਚੀਫ ਸੈਕਟਰੀ ਫੈਕਟਰੀ ਦੇ ਵੱਡੇ ਵੱਡੇ ਜਿਹੜੇ ਸਾਰੇ ਅਫਸਰ ਹੈ ਸਭ ਸਾਡੇ ਡੀਜੀਪੀ, ਐਫਜੀਪੀ ਮੈਂ ਕਹਿ ਬੈਠਾ ਮੈਂ ਕਿਹਾ ਓਏ ਆਰਡਰ ਆ ਗਿਆ 5 ਦਿਨ ਚ ਬਾਹਰ ਕਰਨਾ ਬੰਦਾ ਹਾਂ ਕਹਿੰਦੇ ਅੱਛਾ ਮੈਂ ਕਿਹਾ ਕਰੋ ਲਿਓ ਰੋਟਾ ਲਾਟਾ ਉਹ ਕਹਿੰਦੇ ਜੀ ਟਾੜਾ ਲੱਗਿਆ ਮੈਂ ਹੈਲੀਕਾਪਟਰ ਫੜਿਆ ਨਾਲ ਬਰਿਆਮਸੋਂ ਦਾ ਮੁੰਡਾ ਪਾਇਆ ਮੈਂ ਕੇਟੀ ਸਤਲਜੀ ਕੋਲੇ ਦਿੱਲੀ ਚਲੇ ਗਿਆ ਤੁਲਿਆ ਸੀ ਨਾ ਸਰਦਾਰ ਬਾਦਲ ਸਰਦਾਰ ਸਖਵੀਰ ਜੀ ਮੇਰੇ ਕੋਲ ਤੁਲੇ ਹੁੰਦੇ ਬੰਦੇ ਬਾਹਰ ਹੁੰਦੇ ਹਮ ਹੁਣ ਵੀ ਮੈਂ ਦੱਸਦਾ ਫਾਰਮੂਲਾ ਕਿਵੇਂ ਹੁਣ ਆ ਸਕਦੇ ਐ ਬਾਹਰ ਪਰ ਕਹਿੰਦੇ ਹੁਣ ਇੱਕ ਮਿੰਟ ਇੱਕ ਮਿੰਟ ਮੈਂ ਗਿਆ ਜਾ ਕੇ ਕੇਟੀਐਸ ਦਲਸੀ ਨੇ ਪਹਿਲਾਂ ਉਹਦੇ ਸੈਕਟਰੀ ਨੇ ਢਾਈ ਲੱਖ ਮੰਗਿਆ ਜਦੋਂ ਨੇ ਬਰਿਆਮਸ ਤੋਂ ਨਾ ਪੜਿਆ ਸਾਰਾ ਕੇਸ ਕਹਿੰਦੇ ਬਰਿਆਮਸ ਤੋਂ ਸਿੱਖ ਨਹੀਂ ਜਿਹੜਾ ਕੋਈ ਹੈ ਅੰਦਰ ਗਿਆ ਲਾ ਕੇ ਲਫਾਫਾ ਫੜਾਤਾ ਮੈਂ ਕਿਹਾ ਕਹਿੰਦਾ ਕੋਈ ਪੈਸਾ ਨਹੀਂ ਲੈਣਾ ਅਲਫਾਫਾ ਲੈ ਜੋ ਜਦੋਂ ਸੀ ਹੇਲੀਕਾਪਟਰ ਚ ਬਹਿ ਕੇ ਮੈਂ ਤੇ ਉਹਦੇ ਮੁੰਡੇ ਨੇ ਖੋਲਿਆ 25000 ਰੁਪਏ ਮੈਂ ਪਾ ਜੇਬ ਚ ਹਮ ਐ ਸਿੱਖ ਕੰਮ ਵੀ ਕਰਦੇ ਆ ਸੋ ਛੜਤਾ ਕਰ ਕਹਿੰਦੇ گورنر ਸਾਹਿਬ ਮਸਈ ਮੰਨੇ ਸੀ ਹਾਂ ਥੋੜਾ ਲੰਮਾ ਨਾ ਹੋ ਜਾਏ ਇਹ ਤਾਂ ਮੁਸ਼ਕਲ ਹੈ ਕਠਿਨਾਈ ਵਿੱਚ ਹੈ ਮੈਂ ਕਿਹਾ ਮਹਾ ਮੈਮ ਕਹਿੰਦੇ ਉੱਥੇ ਮੈਜੀ ਛੱਡ ਦਿਓ ਕਹਿੰਦੇ ਨਹੀਂ ਨਹੀਂ ਕਠਨ ਹੈ ਸਿੱਖਬੰਦੀ ਹੈ ਕੋਸ਼ਿਸ਼ ਜ਼ਿਆਦਾ ਮਾਰ ਧਾੜ ਹੋਰ ਕਾਰਮਣ ਕੀਏ ਹੋਣਗੇ ਔਰ ਮਰਤੂ ਪ੍ਰਦਾਨ ਕਰਦੀ ਹੋਗੀ ਮੈਜੀ ਨਹੀਂ ਕੀਤਾ ਜਦੋਂ ਸਾਡੇ ਉਹਨੇ ਇੱਕ ਜੱਜ ਬੁਲਾਇਆ ਵੇਸੀ ਉਹਦੇ ਨਾਲ ਸੀ ਉਹ ਪਾ ਦਿਾਈ ਉਹ ਕੋਲੇ ਬਿਠੇ ਸੀ ਜਿਹੜਾ ਹਾਈ ਕੋਰਟ ਤੋਂ ਲਾਹਵਾਦੋਂ ਆਇਆ ਸੀ ਮੈਂ ਕਹਿਆ ਜੀ ਮੈਂ ਮੈਂ 2 ਮਿੰਟ ਲੈ ਸਕਦਾ ਕਹਿੰਦਾ ਯੈਸ ਮੈਂ ਕਹਿਆ ਜੀ ਸਿੱਖਾਂ ਲਈ ਗੁਰੂ ਫਿਰ ਮੈਨੂੰ ਸਾਨੂੰ ਅਸੀਂ ਤੂੰ ਵੀ ਤਾਂ ਵੀ ਵਜਾ ਕੇ ਦੇਖੀ ਆ ਪਹਿਲੀ ਉਮਰ ਚ ਮੈਨੂੰ ਇਹ ਆਉਂਦਾ ਬਹੁਤ ਕੁਝ ਹੈ ਸੁਖਵੀਰ ਨੂੰ ਤਾਂ ਇਹ ਨਹੀਂ ਪਤਾ ਸੀ ਤਰਨਤਾਰਨ ਮੈਨੂੰ ਕਹਿੰਦਾ ਵੀ ਗੁਰੂ ਅਰਜਨ ਦੇਵ ਬਾਈ ਦੀ ਹੋਏ ਤੇ ਸਗਾਈ ਡਾਈਡਨ ਤਰਨਤਾਰ ਰ ਅਮਰਸਰ ਮਸਹਦਾਰ ਦੀ ਚੁੱਪ ਕਰ ਜੋ ਦੋਹੀ ਤਾਂ ਇਹ ਨਹੀਂ ਸ਼ਹੀਦ ਹੋਏ ਇਹ ਲਾਹੌਰ ਚ ਸ਼ਹੀਦ ਹੋਏ ਆ ਇਹ ਗੱਲ ਸੱਚੀ ਹੈ ਮੈਂ ਤਾਂ ਕਹਿਣਾ ਮੈਂ ਕੋਈ ਐਵੇਂ ਕਹਿ ਨਹੀਂ ਸੁਖਵੀਰ ਬੱਦਲ ਨੂੰ ਪਤਾ ਨਹੀਂ ਸੀ ਤਰਨਤਾਰਨ ਨੇ ਮੈਨੂੰ ਪੁੱਛਿਆ ਸਟੇਜ ਤੇ ਹੈ ਕੱਲੂ ਕਿਤੇ ਇਹ ਨਾ ਹੋ ਜਾਏ ਤੁਸੀਂ ਝੂਠ ਬੋਲਦੇ ਹੋ ਉਹ ਕਿਵੇਂ ਮੈਨੂੰ ਕਹਿ ਦੂਗਾ ਨਸ ਰਸੀਦ ਮੇਰੇ ਕੋਲ ਵੀ ਨਹੀਂ ਗੁਰਦੁਆਰੇ ਚੜ੍ਹ ਕੇ ਕਹਦੇ ਮੇਰੇ ਨਾਲ ਤਰਨ ਤਰਨ ਨਹੀਂ ਗੱਲ ਕੀਤੀ ਮੈਂ ਤਾਂ ਸੌਥਾਂ ਦੱਸ ਚੁੱਕਾ ਬੋਲਦਾ ਹੀ ਨਹੀਂ ਉਹ ਉਹਨੂੰ ਪਤਾ ਨਹੀਂ ਸੀ ਵੀ ਕਾਲੀਦਲ ਦੇ ਪ੍ਰਧਾਨ ਨੂੰ ਵੀ ਪਤਾ ਨਹੀਂ ਸੀ ਮੈਂ ਕਿਹਾ ਨਾ ਮੈਂ ਤਾਂ ਤੁਹਾਨੂੰ ਕਹਿਤਾ ਵੀ ਕਿਦੋਂ ਮੈਂ ਕਿਹਾ ਵੀ ਉਹ 라ਵੀਤ ਹੋਏ ਐ ਜਹਾਂਗੀਰ ਨੇ ਕੀਤੇ ਐ ਚੰਦੂ ਦੀ ਕੁੜੀ ਦਾ ਸਾਗ ਦਾ ਵਿੱਚ ਬਹਾਨਾ ਬਣਾਇਆ ਫਿਰ ਹਜ਼ੂਰ ਦੇ ਸਿਰ ਤੇ ਤੱਤਾ ਰੇਤਾ ਪਾਇਆ ਗਿਆ ਤੇ ਤੱਤੇ ਜਾਲ ਵਿੱਚ ਉਬਾਲਿਆ ਗਿਆ ਅਖੀਰ ਸਦਾ ਦੇਣ ਲਈ ਖੰਡੇ 라ਵੀ ਜ ਉਹਨਾਂ ਦੀ ਦੇਹ ਜਿਹੜੀ ਸੀ ਉੱਥੇ ਕਰ ਦਿੱਤੀ ਗਈ ਤੇ ਮਹਾਰਾਜ ਫਿਰ ਉਸ ਤੋਂ ਬਾਅਦ ਬਰਾਜਮਾਨ ਨਹੀਂ ਹੋਏ ਪਤਾ ਇਹ ਮੈਂ ਗੱਲਾਂ ਸਾਰੀਆਂ ਦਸੀਆਂ ਜੇ ਜਦੋਂ ਆਉਂਦੇ ਆ ਕਿਉਂ ਰੋਈ ਜਾਂਦੇ ਆ ਚਾਰ ਸਭ ਦੇ ਇਦਾਂ ਦੇ ਨਾਂ ਨਹੀਂ ਆਉਂਦੇ ਐਵੇਂ ਕਿਉਂ ਕਰੀ ਜਾਂਦੇ ਤੇ ਹੁਣ ਐ ਕਰ ਇਹ ਦਾ ਰਮੂਲੀਓ ਸਾਹਿਬ ਤੂੰ ਜਾ ਕੇ ਇੱਕ ਲੈ ਲਓ ਮੈਨੂੰ ਪੰਜ ਪਿਆਰਿਆਂ ਦੇ ਨਾਮ ਦੱਸ ਦੇਵੇ ਸ਼ੁਰੂ ਕਰਕੇ ਦੱਸ ਦੇਵੇ ਨਹੀਂ ਆਉਂਦਾ ਜਦੋਂ ਹੂੰ ਲੱਭ ਨਹੀਂ ਹੁੰਦਾ ਦੱਸ ਦੇਵੇ ਭਾਈ ਲਖਮਣ ਸਿੰਘ ਧਾਰਵਾਲੀ ਕੌਣ ਸੀ ਤੇ ਕਿੱਥੇ ਸੀ ਦੱਸ ਦੇਵੇ ਜੋ ਨਹੀਂ ਆਉਂਦੇ ਕਰਤਾਰ ਸੋਚਾ ਵਰਗਾ ਕੌਣ ਸੀ ਦੱਸ ਦੇਵੇ ਨਹੀਂ ਆਉਂਦੇ ਤੇ ਐਂਉਂ ਦੱਸ ਦੇਵੇ ਵੀ ਜਦੋਂ ਮੋਰਚਾ ਲੱਗਿਆ ਸੀ ਤੇ ਗੁੱਪਤੰਗਾ ਉੱਤੇ ਲਾਠੀ ਚਾਰਜ ਹੋ ਰਿਹਾ ਸੀ ਤੇ ਦੋ ਬੰਦੇ ਵੇਖਣ ਆਏ ਸੀ ਵਾਰਲਡ ਚ ਦੱਸ ਦੇਵੇ ਸੁਖਵੀਰ ਕੇ ਕਿਹੜੇ ਕਿਹੜੇ ਸੀ ਇਹਨਾਂ ਕ ਤਾਂ ਵੱਡੇ ਬਦਲ ਸਾਹਿਬ ਨੇ ਦੱਸਿਆ ਹੂ ਆਹ ਵੱਡੇ ਬਦਲ ਤਾਂ ਆਪ ਨੂੰ ਨਹੀਂ ਆਉਂਦਾ ਜਾਣਦੇ ਯਾਰ ਐਵੇਂ ਨਾ ਐਡਾ ਤੂੰ ਵਿਦਵਾਨ ਐ ਉਹ ਨਾ ਕਰ ਜਦੋਂ ਕਿਉਂ ਮੇਰੇ ਮੂੰਹੋਂ ਕੋਹ ਨਾ ਮੈਂ ਨਹੀਂ ਕਹਿਣਾ ਉਹ ਕਰਦੇ ਕਰਦੇ ਅੱਤ ਦੱਤ ਦਸਦੇ ਵਿੱਚ ਸੁਖਵੀਰ ਕੌਣ ਆਏ ਸੀ ਦੋ ਬੰਦੇ ਆਏ ਸੀ ਵੈਟਿਕਨ ਚੋਂ ਅੰਗਰੇਜ਼ਾਂ ਦੇ ਧਾਰਮਿਕ ਰਾਜਧਾਨੀ ਤੋਂ ਐਡੁਆਲਡ ਪ੍ਰੀਸਟ ਆਰਚਬਿਸ਼ਪ ਹਮ ਕਿਸੇ ਨੂੰ ਨਹੀਂ ਇਹ ਪਤਾ ਤੇ ਦੂਜਾ ਆਇਆ ਸੀ ਮਦਨਮੋਹਨ ਮਾਲਵੀਆ ਹਮ ਆ ਅੱਖਾਂ ਜਾਂਝੀ ਹੁੰਦੇ ਜਦੋਂ ਲਾਠੀ ਚਾਰਜ ਹੋਇਆ ਬੀਬੀਆਂ ਦੇ ਉੱਤੇ ਲਾਠੀ ਚਾਰਜ ਹੋਇਆ ਸੀ 1924-25 ਜੋ ਤਾਂ ਐਡਵਰਡ ਨੇ ਰਿਪੋਰਟ ਦਿੱਤੀ ਵੈਟਿਕਨ ਨੂੰ ਇਹਨਾਂ ਨੂੰ ਕੀ ਪਤਾ ਹੈ ਕੁਰਸੀਆਂ ਆ ਗਈਆਂ ਤੇ ਜ਼ਮੀਨਾਂ ਆ ਗਈਆਂ ਅਸੀਂ ਤਾਂ ਮਲੰਗ ਜੱਟਾਂ ਦੇ ਪੁੱਤਾਂ ਸਾਨੂੰ ਤਾਂ ਕੀ ਲੈਣਾ ਇਹ ਤਾਂ ਥੋੜੀ ਜੀ ਜ਼ਮੀਨ ਸੀ ਮੈਂ ਤੇ ਮੇਰੀ ਮਾਂ ਘਰ ਪੱਠੇ ਇਕੱਠੇ ਉਤਰਦੇ ਰਹੇ ਤਾਂ ਦਿਨ ਕੱਟੇ ਉਹ ਕਰਦੇ ਕਰਦੇ ਹਾਂ ਉਹਦੋਂ ਮਗਰੋਂ ਉਰਦੂ ਹਿੰਦੀ ਅੰਗਰੇਜ਼ੀ ਪੰਜਾਬੀ ਸੰਸਕ੍ਰਿਤ ਇਹ ਜ਼ਬਾਨਾਂ ਪੜੀਆਂ ਤੋਤੇ ਹੜਾ ਤੇ ਮੈਂ ਕਿਸੇ ਉਹ ਗੱਲ ਦੱਸ ਰਹੀ ਸੀ ਮੈਂ ਦੱਸਦਾ ਸੀਗਾ ਵੀ ਜਦੋਂ ਐਡਰਵਾਡ ਆਇਆ ਉਹਨੇ ਜਾ ਕੇ ਰਿਪੋਰਟ ਦਿੱਤੀ ਵੈਟੀਕਨ ਚ ਉਹ ਲੋਕੋ ਨਹੀਂ ਸਖਬੀਰ ਸਾ ਤੁਸੀਂ ਪੜਦੇ ਨਹੀਂ ਤੁਹਾਡੇ ਤੇ ਅਸਰ ਹੁੰਦਾ ਬਾਦਲ ਸਾਹਿਬ ਮੈਂ ਕਿਹੜੇ ਖੂਜ ਡਿੱਗਾ ਉਨੇ ਜਾ ਕੇ ਕਿਹਾ ਆ ਲੋ ਰਿਪੋਰਟ देयर इज ओनली वन ਰਿਲੀਜੀਅਨ ਸਿੱਖਿਜ਼ਮ ਇਨ ਦ ਵਰਲਡ ਹੂਜ਼ ਮੈਂਬਰਸ ਆਰ ਐਜੀਟੇਟਿੰਗ ਪੀਸਫੁਲੀ ਲਾਈਕ ਕ੍ਰਾਈਸਟ ਹੂੰ ਇਸਾਂ ਗੁਰ ਕਰ ਰਹੇ ਆ ਕਿ ਉਹਨੇ ਫਿਰ ਕਿਹਾ ਹਿਡਨ ਆਰਗੇਨਾਈਜ਼ੇਸ਼ਨ ਦੇ ਉੱਤੇ ਤੇ ਹੋਰ ਲਾਠੀ ਚਾਰਜ ਹੋ ਕੇ ਕੀ ਖਾ ਪੈ ਰਹੇ ਆ ਪਰ ਇੱਕ ਵੀ ਸਿੱਖ ਨੇ ਹੱਥ ਨਹੀਂ ਚੱਕਿਆ ਕਿਉਂਕਿ ਉਹਨਾਂ ਦੇ ਚੀਫ ਹੋਣ ਜਿਹੜੇ ਲੀਡਰਾਂ ਨੇ ਕਿਹਾ ਸੀ ਹੱਥ ਨਹੀਂ ਚੱਕਣਾ ਸ਼ਾਂਤਮਈ ਰਹਿਣਾ ਹੂੰ ਉਦੋਂ ਫਿਰ ਵਰਟੀਕਲ ਵਾਲਿਆਂ ਨੇ ਲਿਖਿਆ ਚਿੱਠੀ ਥਰੋਨ ਨੂੰ ਥਰੋਨ ਆਫ ਲੰਡਨ ਨੂੰ ਵੀ ਤੁਸੀਂ ਕਰੀ ਕੀ ਜਾਣੇ ਓਏ ਹੂੰ ਹੈ ਤੁਸੀਂ ਇਸ ਤਰ੍ਹਾਂ ਲੱਗੇ ਆ ਤਾਂ ਉਹ ਜਿਹੜਾ BTC ਜੀ ਨੇ ਜੱਲੇ ਵਾਲੇ ਬਾਗ ਤੇ ਕੀਤਾ ਤੇ ਜਿਹੜਾ ਇੰਚਾਰਜ ਸੀ ਅੰਮ੍ਰਿਤਸਰ ਉਹਨੇ ਫਿਰ ਰਿਵਿਊ ਕੀਤਾ ਇੱਕ ਮਦਨ ਮੋਨ ਮਾਲਵੀਆ ਉਹਨੇ ਜਾ ਕੇ ਉੱਥੇ ਬਨਾਰਸ ਬਿਆਨ ਦਿੱਤਾ ਲਿਖ ਕੇ ਕਹਿੰਦਾ ਵੀ ਜੇ ਪੰਜਾਬ ਹਿੰਦੁਸਤਾਨ ਆਜ਼ਾਦ ਕਰਾਉਣਾ ਹੈ 1923-24 ਦੀ ਗੱਲ ਹੈ ਜੇ ਹਿੰਦੁਸਤਾਨ ਆਜ਼ਾਦ ਕਰਾਉਣਾ ਤੇ ਹਰ ਘਰ ਤੋਂ ਇੱਕ ਸਿੱਖ ਇੰਡੀਆ ਦੇ ਹਰ Hindu ਪਰਿਵਾਰ ਚ ਪੈਦਾ ਕਰਕੇ ਕੁਰਬਾਨੀ ਦਾ ਪੁੰਜ ਬਣਾਓ ਹਿੰਦੁਸਤਾਨ ਆਜ਼ਾਦ ਹੋਜੂ ਇਹ ਗੱਲਾਂ ਇਹਨਾਂ ਨੂੰ ਕੀ ਪਤਾ ਹੈ ਇੱਕ ਜਿਹੜੀ ਉਹ ਗਵਰਨਰ ਸਾਹਿਬ ਵਾਲੀ ਆਪਣੀ ਗੱਲ ਵਿੱਚ ਰਹੀਗੀ ਪੀਕੇ ਹਾਂ ਗਵਰਨਰ ਛਾਵਾ ਸੀ ਉਹ ਕਰੇ ਨਹੀਂ ਨਹੀਂ ਮੈਂ ਕਿਹਾ ਆ ਜਾ ਫਿਰ ਅਸੀਂ ਤਾਂ ਸਾਰੇ ਪਰ ਮੈਂ ਕਹਿਆ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਤਰਨਾਟਕ ਚ ਲਿਖਦੇ ਆ ਹੇਮਕੁੰਡ ਪਰਬਤ ਜਹਾਂ ਸਭ ਤੋਂ ਸੰਗ ਸ਼ੋਭਦਾ ਤਾਂ ਬਹੁਤ ਬਸੇ ਸਾਰੀ ਮਹਕਾਰ ਕਹ ਲਾਂਦੀ ਸਾਰਾ ਮੈਂ ਦਸਤਾਰ ਲੰਮਾ ਚੌੜਾ ਤੇ ਚਤਨਾ ਕਰਿਓ ਹਮਰਾ ਆਵਨ ਕੋ ਜੁੜੀ ਸੁਰਤੀ ਪ੍ਰਚਾਰਨ ਨੇ ਮੈਂ ਸਾਰਾ ਦੱਸ ਕੇ ਮੈਂ ਕਿਹਾ ਉਹ ਸੁਣ ਸੁਣਦਾ ਸੀ ਜੱਜ ਜੱਜ ਨੇ ਰਹਿ ਦੇਣੀ ਸੀ ਛੱਡਣਾ ਕਿ ਨਹੀਂ ਜੀ ਉਹ ਸਰਦਾਰ ਵਿਰਿਆਮ ਸਿੰਘ ਨੂੰ ਗੁਰੂ ਨੇ ਛੱਡਿਆ ਮੈਂ ਕੌਣ ਹੂੰ ਜਦੋਂ ਮੈਂ ਦੱਸ ਕੇ ਕੀਤਾ ਸੀ ਮੇਰੀ ਮਾਂ ਦੀ ਫੋਟੋ ਲਾਈ ਸੀ ਉੱਥੇ ਮੇਰੇ ਕਮਰੇ 'ਚ ਮੈਂ ਕਿਹਾ ਬੇਬੇ ਮੈਂ ਦਸਤਕਤ ਕਰਤੇ ਬ੍ਰਿਹਮਸੂ ਨੂੰ ਛੱਡਣ ਤੇ ਉਹਨੇ ਉੱਠ ਜਾ ਇਸ਼ਨਾਨ ਕਰਕੇ ਦਸਵੇਂ ਪਾਤਸ਼ਾਹ ਦੇ ਪੈਰਾਂ 'ਚ ਉਹਨੇ ਜੇ ਲਿਟੀ ਜਾਈ ਜਿੰਨਾ ਚਿਰ ਇਹ ਨਹੀਂ ਮੰਨਦੇ ਤੇ ਇਹ ਕਹੀ ਮੇਰੇ ਪੁੱਤ ਨੇ ਸਾਈਨ ਕਰਤੇ ਮੇਰੇ ਪੁੱਤ ਦੀ ਇਲਾਜ ਰੱਖ ਦਿਓ ਮਾਲਕੇ ਤੁਸੀਂ 10ਵੇਂ ਪਾਤਸ਼ਾਹ ਨੂੰ ਰੱਖਤੀ ਇਲਾਜ ਜਦੋਂ ਮਹਾਗੜ ਸੁਣਾਈ ਸਾਰੀ ਕਿਵੇਂ ਕਿਵੇਂ ਫਿਰ ਹਿੰਦੂ ਧਰਮ ਬਚਾਇਆ ਤੇ ਮਾਤਾ ਗੁਜਰੀ ਕੋ ਦਾਦੀ ਹੈ ਦੁਨੀਆ ਤੇ ਜਿਨੇ ਚਾਰ ਪੋਤੇ ਆਪਣਾ ਪੁੱਤਰ ਉਹ ਸ਼ੀਦਿਆਂ ਦੇਤੀਆਂ ਆਪ ਠੰਡੇ ਬੁਰਜ ਵਿੱਚ ਤਿੰਨ ਦਿਨ ਰੋਟੀ ਪਾਣੀ ਤੋਂ ਬਿਨਾ ਕੱਟੇ ਜੋ ਸਾਰੇ ਕੱਟੇ ਤੇ ਗਵਰਨਰ ਥੋੜਾ ਜਿਹਾ ਢਲ ਗਿਆ ਉਹ ਜਿਹੜਾ ਜੱਜ ਆਇਆ ਸੀਗਾ ਉਹ ਪਾਦੇ ਆ ਉਹ ਕਹਿੰਦਾ ਹਜ਼ੂਰ ਮਹਮਹਿਮ ਜੋ ਮਾਨਨਯੀ ਕਾਰਾਗਰ ਮੰਤਰੀ ਸਾਹਿਬ ਫਰਮਾ ਰਹੇ ਹਨ ਇਹ ਸੱਚ ਹੈ ਹਮ ਪੰਜ ਭਾਈ ਹੈ ਮੇਰੀ ਮਾਂ ਕਹਾ ਕਰਦੀ ਸੀ ਅਗਰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਹਮ ਸਭੀ ਮੁਸਲਮਾਨ ਹੁੰਦੇ ਮੈਂ ਕਿਆ ਬਲਵੰਤ ਜੇ ਕੰਮ ਤਾਂ ਜੱਜੇ ਨਹੀਂ ਬਣਾਤਾ ਮੈਂ ਚੀਚੀ ਚੱਕੀ ਮੈਂ ਜੇ ਕਿਤਾ ਵਕੇ ਦਾ ਮੈਂ ਜਮ ਜਾਇਆ ਮੈਂ ਬਾਥਰੂਮ ਕਹਿੰਦਾ ਜਾਇਆ ਮੈਂ ਜਾ ਕੇ ਪਰੇ ਖੜ ਗਿਆ ਮੈਂ ਕਿਆ ਕੱਲੇ ਛੱਡਦੀ ਹੁਣ ਰੈ ਲਾ ਲੈ ਮੈਂ ਨਿਕਲ ਗਿਆ ਤੇ ਨਹੀਂ ਸੀ ਨਾ ਅਸੀਂ ਉਦੋਂ ਮਾਰੇ ਮੇਰੇ ਆਉਂਦੇ ਨੂੰ ਦਸਤਕ ਕੀਤੀ ਪਈ ਸੀ ਇਹ ਕਰਾ ਮਾਤਾ ਦਸਵੇਂ ਪਾਤਸ਼ਾਹ ਦੀ ਸੁਖਬੀਰ ਤੇ ਬਾਦਲੂ ਕੀ ਪਤਾ ਜਿਨ੍ਹਾਂ ਨੇ ਬਰਗਾੜੀ ਗੁਰੂ ਸਾਹਿਬ ਦੀ ਬੇਇੱਜ਼ਤੀ ਕਰਾਂ ਸੀ ਇਹਨਾਂ ਨੂੰ ਕੀ ਪਤਾ ਸਾਨੂੰ ਪਤਾ ਉਹਨਾਂ ਦੇ ਕਰਾ ਮਾਤਾ ਆਉਂਦੇ ਨੂੰ ਦਸਤਕ ਕੀਤੀ ਪਈ ਸੀ ਮੈਂ ਕਿਆ ਧੰਨ ਤੇ ਮੈਂ ਕਾਛੇ ਚ ਮਾਰੀ ਐ ਫਾਈਲ ਲਗੇ ਚੰਗਾ ਜੀ ਜੈ ਹਿੰਦ ਕਹਿ ਕੇ ਆਪਾਂ ਨਿਕਲਿਆ ਜਾਂਦੇ ਜਾਂਦੇ ਸਿਰਫ ਲਾਸਵਾਲਾ ਮੇਰਾ ਤੁਸੀਂ ਪੰਜਾਬ ਦਾ ਭਵਿੱਖ ਕਿਵੇਂ ਦੇਖਦੇ ਹੋ ਦੇਖੋ ਜੀ ਪੰਜਾਬ ਦਾ ਭਵਿੱਖ ਮੈਂ ਦੇਖਦਾ ਮੇਰੇ ਕੋਲੇ ਬਹੁਤ ਮੁੱਦੇ ਆ ਮੈਂ ਲੜੂੰਗਾ ਵੀ ਸਭ ਤੋਂ ਵੱਡਾ ਇਹ ਦੇਖਦਾ ਬਈ ਗੁਣਵੰਤ ਹਮ ਸਿਹਤਮੰਦ ਤੇ ਸਿਹਤ ਖਰਾਬ ਕਰਨ ਵਾਲਿਆਂ ਦੇ ਜੁੱਤੀਆਂ ਮਾਰੋ ਜਿਹੜਾ ਚਿੱਟਾ ਇਹਨਾਂ ਦੁਨੀਆ 'ਚ ਨਾ ਕੱਤੇ ਦੀ ਤਪਾਲੀ ਚ ਨਾ ਕੋਇਟੇ ਦੇ ਪੁਚਾਲ ਚ ਨਾ ਕਿਸੇ ਹੋਰ ਕਿਤੇ ਇੰਨੇ ਬੰਦੇ ਨਹੀਂ ਮਾਰੇ ਜਿੰਨੇ ਪੰਜਾਬ ਚ ਚਿੱਟੇ ਨੇ ਮਾਰਦੇ ਆ ਜੇ ਜੇ ਪਿਓ ਦੇ ਪੁੱਤ ਬਣ ਕੇ ਤੇ ਮਾਂ ਦਾ ਦੁੱਧ ਚੁੰਗਿਆ ਤੇ ਕੱਲਾ ਕੱਲਾ ਪੰਜਾਬੀ ਸੱਚ ਦੱਸੋ ਚਿੱਟਾ ਕੌਣ ਲਿਆਇਆ ਹਮ ਚਿੱਟਾ ਵੇਚਦਾ ਕੌਣ ਹੈ ਹਮ ਔਰ ਚਿੱਟੇ ਨੇ ਆ ਕਿਉਂ ਮੈਨੂੰ ਛੇੜਦੇ ਆ ਚਿੱਟੇ ਨੇ ਨਪੁੰਸਕ ਬਣਾਤੇ ਪੰਜਾਬੀ ਹਮ ਹੁਣ ਇੱਕ ਜਿਹੜਾ ਇਸ ਹੀਮਨ ਬੈਂਕਾ ਜਿਨੂੰ ਮੈਂ ਲਫ਼ਜ਼ ਨਹੀਂ ਕਹਿਣਾ ਚਾਹੁੰਦਾ ਜੀ ਉਹ ਜਿਹੜਾ ਬੈਂਕ ਹੈ ਜਿਹਦੇ ਵਿੱਚ ਮਰਦਾਨੀ ਸ਼ਕਤੀ ਰੱਖੀ ਜਾਂਦੀ ਹੈ ਉਹਦੇ ਤੋਂ ਬੰਦੇ ਲਿਆ ਲਿਆ ਕੇ ਜਿਹਨੂੰ ਕੀ ਕੀ ਇੱਕ ਲਫ਼ਜ਼ ਹੈ ਆਈ ਵੀ ਐਫ ਆਈ ਵੀ ਐਫ ਉਹਦੇ ਵਿੱਚ ਪਾ ਕੇ ਬੱਚੇ ਪੈਦਾ ਹੁੰਦੇ ਆ ਉਹ ਮੈਂ ਉਹਨਾਂ ਦੇ ਜਿਹੜੇ ਭਾਈ ਸ਼ਮਿੰਦਰ ਸਿੰਘ ਦਾ ਭਰਾ ਹੈ ਭਾਈ ਆ ਮੁਖਸਰ ਵਾਲੇ ਉਹਨਾਂ ਦੀ ਸਰਦਾਰਨੀ ਸੁਰਗ ਵੱਸ ਹੋ ਗਏ ਸੀ ਮੈਨੂੰ ਇਕੱਲੇ ਨਹੀਂ ਬੁਲਾਇਆ ਸੀ ਉੱਥੇ ਆ ਗਿਆ ਨੇ ਮੁਖਸ਼ਰੀਆਂ ਨੇ ਬਾਹਲੇ ਤਕੜੇ ਬੰਦੇ ਐ ਉਸ ਤੋਂ ਬਾਅਦ ਮੈਨੂੰ ਆੜਤੀਏ ਲੈ ਗਏ ਆਪਦੇ ਆਪਦੇ ਇੱਕ ਕਮਰੇ ਚ ਮੰਡੀ ਚ ਤੇ ਉੱਥੇ ਅੰਦਰ ਬਾਕੇ ਕੁੰਡਾ ੜਾ ਕੇ ਮੈਨੂੰ ਆੜਤੀਏ ਕਹਿੰਦੇ ਮੈਂ ਦੱਸ ਦੂਗਾ ਕਿਹੜੇ ਉੱਥੇ ਮੈਂ ਨਾਂ ਨਹੀਂ ਲੈਣਾ ਉਹ ਕਹਿੰਦੇ ਰਾਮਵਾਲਿਆ ਸਾਹਿਬ ਤੂੰ ਬਹੁਤ ਫਿਕਰਮੰਦਲੀ ਡਰ ਮੈਂ ਕਿਉਂ ਤੂੰ ਜਿਹੜੀਆਂ ਗੱਲਾਂ ਕਰਦਾ ਹੁੰਦਾ ਕਦੇ ਵੀ ਤੂੰ ਕਰੀਏ ਜਾਂਦਾ ਉਹ ਮੱਕੀ ਕਹਿੰਦਾ ਆਈ ਵੀ ਐਫ ਦੇ ਕਰਕੇ ਬਸ ਤੁਹਮੇ ਪੁੱਛਿਆ ਨਾ ਆਖਰੀ ਗੱਲ ਆਈ ਵੀ ਐਫ ਦੇ ਕਰਕੇ ਅੱਜ ਪੰਜਾਬ ਦੀਆਂ ਨਸਲਾਂ ਸ਼ਕਲਾਂ ਅਕਲਾਂ ਬਦਲ ਗਈਆਂ ਕਹਿੰਦਾ ਸਾਡੇ ਪਿੰਡ 5 ਸਾਲ ਦਾ ਮੁੰਡਾ ਜਿਹੜੇ ਆਈ ਐਫ ਵੀ ਐਫ ਚ ਆਈ ਵੀ ਐਫ ਉਹਦੇ ਵਿੱਚ ਬੱਚਾ ਪੈਦਾ ਹੋਇਆ ਤੇ ਉਹ ਨੇਪਾਲੀ ਐ ਕੱਦ ਦੀ ਨਹੀਂ ਵੱਧਾ 6 ਮਹੀਨਾ ਚ ਕੱਦ ਹਲੇ 2 ਫੁੱਟ ਕੋਈ ਹੈ ਹਾਂ ਆ ਸਾਡੀਆਂ ਨਸਲਾਂ ਮੈਂ ਕੀ ਕਰਾਂ ਮੈਂ ਕੀ ਕਰ ਸਕਦਾ ਮੈਂ ਤਾਂ ਲੱਗਿਆ ਹਾਂ ਹਾਂ ਹੁਣ ਵੀ ਮੈਂ ਕਹਿੰਦਾ ਲੱਗਿਆ ਰहूं ਆਥਰ ਮੈਂ ਕਿਹਾ ਆਈ ਲਾਈਟਸ ਕਰਾਜੋ ਦੇ 200 ਕਾਲਜਾਂ ਦੇ ਫ੍ਰੀ ਮੁੰਡਿਆਂ ਨੂੰ ਕੁੜੀਆਂ ਨੂੰ ਕੋਈ ਸੋਚੋ ਲੋਕੀ ਤਰਾਸ ਤਰਾਸ ਕਿੱਥੇ ਕਰਦੇ ਆ ਉਹ ਕੰਮ ਕਰ ਦਿਓ ਜੀ ਜੀ ਕੀ ਔਖੇ ਮੈਨੂੰ ਵਿਰਿਆਮ ਤੋਂ ਕਹਿੰਦੇ ਛੱਡਣ ਦੀ ਛੱਡਿਆ ਪਿਆ ਕਿ ਨਹੀਂ ਫਿਰ ਤੁਹਾਨੂੰ ਪਤਾ ਨਹੀਂ ਲੋਕੋ ਦੋਨਾਂ ਮੀਆਂ ਬੀਵੀ ਨੂੰ ਕੈਂਸਰ ਸੀ ਆ ਗਰੀਬ ਸਿੱਖ ਨੇ ਦੋਨਾਂ ਦਾ 5 ਸਾਲ ਕੈਂਸਰ ਦਾ ਇਲਾਜ ਕਰਾਇਆ ਹੂੰ ਜਿਹੜੀ ਉਹਦੇ ਘਰੋਂ ਸੀ ਬੀਬੀ ਮੈਂ ਉਹਦੇ ਪੈਰੀ ਹੱਥ ਲਾਉਂਦਾ ਸੀ ਕਹਿੰਦੀ ਕਿਉਂ ਤੁਹਾਨੂੰ ਪਤਾ ਜਦੋਂ ਬਰਿਆਮਸਰ ਨੂੰ ਅੰਦਰ ਦੇਣ ਲੱਗੇ ਉਹ ਕਹਿੰਦੇ ਹੁਣ ਇਹਦੀ ਡੈੱਡ ਬਾਡੀ ਬਾਹਰ ਆਊ ਆ ਜੀਵਨ ਕਾਰਾਵਾਸ ਉਹ ਕਹਿੰਦੀ ਜਿੱਥੇ ਜਥੇਦਾਰਾ ਦਿਲ ਨਾ ਛੱਡਦੀ ਤੂੰ ਅੰਦਰ ਮੈਂ ਬਣੀ ਤੇਰੀ ਪਤਨੀ ਤੇ ਬਾਹਰ ਮੈਂ ਬਰਿਆਮਸਰ ਬਣੂ ਹਾਏ ਓ ਰੱਬਾ ਹਾਏ ਓ ਰੱਬਾ ਬੀਬੀ ਨੇ ਆ ਕਿਹਾ ਉਹ ਰਾਮਤੋਂ ਦੇ ਘਰੋਂ ਐਡੀ ਐਡੀਆਂ ਕੁਰਬਾਨੀਆਂ ਵਾਲੀ ਕੌਮ ਹੋਵੇ ਤੇ ਤੁਸੀਂ ਬੱਸਾਂ ਦੇ ਟਾਇਰਾਂ ਥੱਲੇ ਦੇਣ ਨੂੰ ਫਿਰੋ ਉਹ ਗੁਰੂ ਰਤਨ ਸਾਹਿਬ ਬੜੀ ਚੀਜ਼ ਆ ਗੁਰੂ ਜਿਹੜਾ ਬਾਦਲਾਂ ਨੇ ਬਸਤਾ ਪਾਰ ਤੇ ਉਥੇ 에어ਪੋਰਟ ਤੇ ਭੇਜ ਤੇ ਟੈਕਸੀਆਂ ਨੂੰ ਤੰਗ ਕਰ ਟਰੱਕ ਕਰ ਮਹਾਰਾਜ ਬਾਦਲਾਂ ਦੀ ਸਾਰੀ ਸਿਆਸਤ ਉਹਨਾਂ ਦੇ ਬੱਸਾਂ ਦੇ ਟਾਇਰਾਂ ਦੇ ਥੱਲੇ ਆ ਗਈ ਹੈ ਕੁਚਲੀ ਗਈ ਹੈ ਹੁਣ ਪੰਡ ਬਣ ਕੇ ਘਰੇ ਲੈ ਜਾਣ ਹੱਡੀਆਂ ਜੋੜਨੀਆਂ ਆਂ ਜੀ ਉਹ ਲਗੜੀ ਜੀ ਬਣ ਕੇ ਲੈ ਜਾ ਜੀ ਗ੍ਰਾਮਗਵਾਲੀ ਸਾਹਿਬ ਤੁਸੀਂ ਸਮਾਜਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਮੈਂ ਤਾਂ ਰਤਨ ਸਿੰਘ ਸਾਹਿਬ ਤੁਹਾਡੇ ਟੀਵੀ ਪ੍ਰੋਗਰਾਮ ਦਾ ਜੀ ਟਾਕ ਵੇਦਰ ਟਾਕ ਵੇਦਰ ਰਤਨ ਜੀ ਜੀ ਇਹਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਐਵੇਂ ਜਜ਼ਵਾਤੀ ਬੰਦਾ ਐ ਮੈਂ ਫਿਰ ਠੋਕੇ ਕਹਿਣਾ ਚੁੱਪ ਕਰਕੇ ਦੋ ਰੋਟੀਆਂ ਖਾਧੀਆਂ ਤੇ ਖਾ ਕੇ ਤੇ ਪੈ ਗਏ ਤੇ ਆਪਦਾ ਬਾਕੀ ਕੰਮ 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 ਲੋਕ 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 ਜੀ ਜੀ ਸੋ ਐਸੀ ਪ੍ਰਵਾਨ ਸਿੰਘ ਅਮੂ ਵਾਲੀਆ ਜਿਹੜੇ ਪੁਰਾਣੇ ਸਿਆਸਤਦਾਨ ਨੇ ਸੋ ਅਸੀਂ ਕੁਝ ਗੱਲਾਂ ਬਾਤਾਂ ਕਰੀਆਂ ਅਕਾਲੀ ਦਲ ਨੂੰ ਲੈ ਕੇ ਮੌਜੂਦਾ ਸਰਕਾਰ ਨੂੰ ਲੈ ਕੇ ਉਮੀਦ ਹੈ ਸਾਨੂੰ ਗੱਲਬਾਤ ਪਸੰਦ ਆਈ ਹੋਊਗੀ ਅੱਗੇ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲੋਂ ਦੇ ਇਜਾਜ਼ਤ ਤਨਵਾਜ ਵਾਹਿਗੁਰੂ ਜੀ ਕੀ ਫਤਿਹ